ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੰਚ ਲਾਈਵ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਅੱਜ ਅਮਰੀਕਾ ਵਿੱਚ ਸਨਿਚਰਵਾਰ ਹੈ ਅਤੇ 10 ਫਰਵਰੀ ਹੋ ਗਈ ਹੈ, ਜਦਕਿ ਯੂਰਪ, ਹਿੰਦੁਸਤਾਨ, ਪਾਕਿਸਤਾਨ, ਫਾਰ ਈਸਟ ਵਿੱਚ ਸਭ ਜਗ੍ਹਾ ਐਤਵਾਰ ਹੋ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਫਿਲਮ ਦੀ ਸਾਂਝ ਪਾਉਣ ਜਾ ਰਹੇ ਹਾਂ। ਫਿਲਮ ਦਾ ਨਾਂ ਹੈ ਬੇਰੁਜ਼ਗਾਰ, ਜਿਹੜੀ ਕਿ ਸਾਡੇ ਪਰਮ ਮਿੱਤਰ ਰੌਕ ਪੈਂਥਰ ਸਾਹਿਬ ਮਹਿਤਾਬ ਸਿੰਘ ਮੱਟੂ, ਮੈਂ ਤਾਂ ਉਹਨਾਂ ਨੂੰ ਪਿਆਰ ਨਾਲ ਰੌਕ ਪੈਂਥਰ ਹੀ ਕਹਿੰਦਾ, ਹੁਣ ਮੇਰੇ ਮੂੰਹ ਹੀ ਚੜਿਆ, ਉਹਨਾਂ ਨੇ ਭੇਜੀ ਹੈ ਅਤੇ ਉਹਨਾਂ ਦੀ ਬਣਾਈ ਹੋਈ ਫਿਲਮ ਹੈ। ਉਹਨਾਂ ਦਾ ਮੁੱਖ ਰੋਲ ਹੈ ਇਹਦੇ ਵਿੱਚ, ਬੜੀ ਵਧੀਆ ਫਿਲਮ ਹੈ। ਉਸ ਫਿਲਮ ਦੀ ਤੁਹਾਡੇ ਨਾਲ ਅਸੀਂ ਸਾਂਝ ਪਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਫਿਲਮ ਤੁਹਾਨੂੰ ਦਿਖਾਵਾਂਗੇ, ਕਿਉਂਕਿ ਜਿਨ੍ਹਾਂ ਨੇ ਨਹੀਂ ਦੇਖੀ ਹੈ ਤਾਂ ਕਿ ਉਹ ਵੀ ਦੇਖ ਲੈਣ, ਤਾਂ ਕਿ ਅਸੀਂ ਵੀ ਦੁਬਾਰਾ ਰਿਵਿਊ ਕਰ ਸਕੀਏ। ਬੇਸ਼ੱਕ ਫਿਲਮ ਮੈਂ ਪਹਿਲਾਂ ਖੁਦ ਉਹ ਦੇਖ ਚੁੱਕਾ ਹਾਂ ਇੱਕ ਵਾਰੀ, ਲੇਕਿਨ ਦੁਬਾਰਾ ਦੇਖਾਂਗੇ ਨਾਲ ਨਾਲ ਹੁਣ ਚੰਗੀ ਤਰ੍ਹਾਂ ਘੋਖ ਕੇ, ਅਤੇ ਥੋੜ੍ਹਾ ਜਿਹਾ ਵੀ ਨੋਟ ਵੀ ਬੰਦਾ ਬਣਾ ਲੈਂਦਾ। ਸੋ ਉਸ ਤੋਂ ਬਾਅਦ ਅਸੀਂ ਫਿਰ ਉਹਦੇ 'ਤੇ ਸਮੀਖਿਆ ਕਰਾਂਗੇ, ਜਦ ਤੱਕ ਮੇਰੇ ਜਿਹੜੇ ਹੋਰ ਦੋਸਤ ਆ ਉਹ ਵੀ ਆ ਜਾਣਗੇ। ਸੋ ਮੈਂ ਹੁਣ ਤੁਹਾਡੇ ਨਾਲ ਉਹ ਫਿਲਮ ਸ਼ੇਅਰ ਕਰਨ ਜਾ ਰਿਹਾ। ਸੋ ਲੈਟ ਮੀ ਗੈਟ ਟੂ ਦੈਟ ਫਿਲਮ ਦੈਟ ਇਜ਼ ਸਿਟਿੰਗ ਐਟ ਵਨ ਆਫ ਮਾਈ Do it, Jimmy. Tell me what you think of this. Alcohol consumption is injurious to health. Sharab peena sehat ke liye hanikarak hai. Music Care present. ਅੱਧਾ ਨਰਮਾ ਤਾਂ ਸੁੰਡੀ ਨੇ ਸਿੱਟ ਲਿਆ, ਮਜਿਆ ਖੁਚਿਆ ਇਕੱਠਾ ਕਰ ਆਇਆ। ਉੱਪਰੋਂ ਬੱਦਲ ਗੇੜੇ ਦੇਈ ਜਾਂਦਾ ਕੱਲ ਦਾ, ਜੇ ਮੀਂਹ ਪੈ ਗਿਆ ਤਾਂ ਕੱਖ ਹੱਥ ਨਹੀਂ ਆਉਣਾ। ਅੱਜ ਕੱਲ੍ਹ ਤਾਂ ਖੇਤੀਬਾੜੀ 'ਚ ਕੁਛ ਨਹੀਂ ਬਚਦਾ, ਵਾਹਿਗੁਰੂ ਕਰੇ ਆਪਣੇ ਜੀਤੇ ਨੂੰ ਕੋਈ ਵਧੀਆ ਜਿਹੀ ਨੌਕਰੀ ਮਿਲ ਜੇ, ਨਾਲੇ ਤੁਹਾਨੂੰ ਸੁੱਖ ਦਾ ਸਾਹ ਆਵੇ ਜੀ। ਰਣਜੀਤੇ ਦੀ ਮਾਂ, ਮੇਰਾ ਪੁੱਤ ਮਿਹਨਤ ਹੀ ਇੰਨੀ ਕਰਦਾ ਕਿ ਨੌਕਰੀ ਮਿਲੀ ਲੈ ਬਸ, ਮੈਨੂੰ ਇਹਦੇ 'ਤੇ ਪੂਰਾ ਭਰੋਸਾ ਹੈ। ਇਹਦਾ ਨਾਂ ਰੱਖਿਆ ਹੈ ਰਣਜੀਤ, ਇੱਕ ਨਾ ਇੱਕ ਦਿਨ ਇਹ ਰਣਜੀਤ ਹੀ ਲੈ। ਜੇ ਕਰਮਾਂ 'ਚ ਹੋਈ ਤਾਂ ਜ਼ਰੂਰ ਮਿਲ ਜੂਗੀ ਨੌਕਰੀ, ਅੱਜ ਨਹੀਂ ਤਾਂ ਕੱਲ੍ਹ ਪਾਣੀ ਜਾਣਾ ਕਿਤੇ ਨਾ ਕਿਤੇ ਕੰਮ। ਚੰਗਾ ਬੀਬੀ, ਹੁਣ ਮੈਂ ਲੇਟ ਹੋ ਰਿਹਾ,
ਪਹਿਲਾਂ ਕਾਲਜ ਤੇ ਫਿਰ ਇੰਟਰਵਿਊ ਲਈ ਜਾਣਾ। ਮੈਂ ਚੱਲਦਾ। ਬੇ ਪੁੱਤ, ਆ ਰੋਟੀ ਤਾਂ ਖਾਂਦਾ ਜਾ। ਰੋਟੀ ਮੈਂ ਨਾਲ ਹੀ ਲੈ ਜਾਂਦਾ, ਨਹੀਂ ਲੇਟ ਬਾਹਲਾ ਹੋ ਜਾਊਗਾ। ਅੱਛਾ, ਲੈ ਫੜ ਫਿਰ। ਚੰਗਾ ਬੀਬੀ। ਹੇ ਵਾਹਿਗੁਰੂ, ਮੇਰੇ ਪੁੱਤ ਨੂੰ ਬੁਰੀਆਂ ਬਲਾਵਾਂ ਤੋਂ ਬਚਾਈ। ਅੱਜ ਵੀ ਏਦਾਂ ਦੇ ਮੁੰਡੇ ਹੈਗੇ ਜਿਹੜੇ ਘਰ ਰੋਟੀ ਲਿਆ ਕੇ ਕੰਟੀਨ 'ਚ ਬਹਿ ਕੇ ਖਾਂਦੇ ਨੇ। ਵੈਰੀ ਨਾਈਸ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਘਰ ਦੀ ਰੋਟੀ ਦੀ ਖੁਸ਼ਬੂ ਨੇ ਤੁਹਾਡੇ ਟੇਬਲ 'ਤੇ ਆਉਣ ਨੂੰ ਮਜਬੂਰ ਕਰਤਾ। ਉਹ ਤਾਂ ਮਾਂ ਧੱਕੇ ਨਾਲ ਨਾਲ ਬਣ ਦਿੰਦੀ ਹੈ ਕਿ ਕਿਤੇ ਮੇਰਾ ਪੁੱਤ ਭੁੱਖਾ ਨਾ ਰਹੇ। ਮਾਂ ਜੋ ਹੋਈ। ਸਹੀ ਕਹਿੰਦੇ ਹੋ ਤੁਸੀਂ, ਮਾਂ ਤਾਂ ਮਾਂ ਹੀ ਹੁੰਦੀ ਹੈ। ਅੱਛਾ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਰਣਜੀਤ ਸਿੰਘ ਸੰਧੂ ਹੈ ਜੀ। ਤੇ ਤੁਹਾਡਾ ਕੀ ਨਾਂ ਹੈ ਜੀ? ਗੁਰਲੀਨ ਕੌਰ ਖਹਿਰਾ। ਕੀ ਆਪਾਂ ਫਰੈਂਡਸ ਬਣ ਸਕਦੇ ਹਾਂ? ਜੀ ਹਾਂ, ਜ਼ਰੂਰ। ਚੰਗਾ ਜੀ, ਮੇਰੀ ਕਲਾਸ ਦਾ ਟਾਈਮ ਹੋ ਗਿਆ, ਫਿਰ ਮਿਲਦੇ ਹਾਂ। ਕੀ ਮੈਂ ਤੁਹਾਡੇ ਘਰ ਦੀ ਰੋਟੀ ਖਾ ਸਕਦੀ ਹਾਂ? ਹਾਂਜੀ, ਓਕੇ। ਬੀਬੀ, ਬੀਬੀ, ਬਾਪੂ, ਬਾਪੂ, ਬੇਬੇ ਕਿੱਥੇ ਹੈ? ਕਿਤੇ ਨਜ਼ਰ ਨਹੀਂ ਆਉਂਦੀ। ਉਹ ਪੁੱਤ, ਬੇਬੇ ਤੇਰੀ ਗਈ ਆ ਬਾਬੇ ਝੁੱਗੀਆਂ ਵਾਲੇ ਦੇ ਡੇਰੇ। ਕਹਿੰਦੀ ਸੀ ਮੈਂ ਤੇਰੇ ਲਈ ਕੋਈ ਧਾਗਾ ਤਵੀਤ ਕਰਾ ਕੇ ਲਿਆਉਣਾ ਤਾਂ ਕਿ ਤੈਨੂੰ ਨੌਕਰੀ ਛੇਤੀ ਮਿਲ ਜਾਵੇ। ਬਾਪੂ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਦੋ ਵੇਲੇ ਗੁਰੂ ਘਰ ਵੀ ਜਾਂਦੇ ਹਾਂ। ਆ ਬੇਬੇ ਕਿਹੜੇ ਚੱਕਰਾਂ 'ਚ ਪਈ ਹੋਈ ਆ? ਉਹ ਪੁੱਤ, ਮੈਂ ਤਾਂ ਬਥੇਰਾ ਕਹਿੰਦਾ ਪਰ ਉਹ ਮੰਨਦੀ ਕਿੱਥੇ ਆ। ਕਹਿੰਦੀ ਮੈਨੂੰ ਨਾ ਰੋਕੋ, ਕਹਿੰਦੀ ਆ ਮੈਨੂੰ ਬਾਬੇ ਦੇ ਡੇਰੇ ਜਾਣ ਦਿਓ, ਬਾਬੇ ਨੇ ਬਥੇਰਿਆਂ ਦੇ ਕੰਮ ਸਵਾਰੇ ਆ। ਬਾਪੂ, ਇਹ ਬਾਬੇ ਬੁੱਬੇ ਸਭ ਠੱਗ ਹੁੰਦੇ ਨੇ, ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਮਗਰੋਂ ਉਹਨਾਂ ਦੀ ਅੰਨੀ ਲੁੱਟ ਕਸੁੱਟ ਕਰਦੇ ਨੇ। ਲੈ, ਉਹ ਆਉਂਦੀ ਉਹ ਧਾਗਾ ਚੱਕੀ। ਜੀਤੇ, ਨਾ ਪੁੱਤ, ਬਾਬਿਆਂ ਬਾਰੇ ਮਾੜਾ ਨੀ ਬੋਲੀਦਾ, ਨਾਲੇ ਉਹ ਤਾਂ ਬਾਲੀ ਕਰਨੀ ਵਾਲਾ ਬਾਬਾ। ਆ ਦੇਖ, ਤਾਵੀਜ਼ ਲੈ ਕੇ ਆਈ ਆ ਤੇਰੇ ਵਾਸਤੇ, ਖੱਬੇ ਡੌਲੇ ਨਾ ਬੰਨ ਲਈ। ਤੇ ਬਾਬਾ ਕਹਿੰਦਾ ਸੀ ਬੁੱਧ ਕੰਮ ਸ਼ੁੱਧ, ਨਾਲੇ ਇਹਨੂੰ ਬੁੱਧਵਾਰ ਨੂੰ ਬੰਨੀ ਤੇ ਨਾਲੇ ਮੈਂ ਤੇਰੀ ਪਹਿਲੀ ਤਨਖਾਹ ਡੇਰੇ ਸੁੱਖੀ ਆਈ ਆ। ਚੰਗਾ, ਮੈਂ ਤੇਰੇ ਬਾਪੂ ਨੂੰ ਰੋਟੀ ਖਵਾ ਦਵਾਂ। ਆ ਜਾਓ ਜੀ, ਤੁਸੀਂ ਰੋਟੀ ਖਾ ਲਓ। ਆ ਚਲੋ ਜੀ। Thank you.
जीता तो नहीं इन्हें च नहीं नहीं ये नहीं हो सकता वेजिते हाँ बीबी अपना ख्याल रखिया कर एवी ना कि गलत जे मुंडे च बैठे उठिया कर गलत जे मुंडे केड़े बीबी वे आही जड़ा लुक छुप के नशे कर दिया देखी पुत तू ना उन्हें च बैठी तेनू पता है अपने घर तो रोटी मसा पकदी है तू भी ना बीबी मैं क्यों पाऊंगा यहोजे पुठे कमां च पता नहीं की सोचती रहनी है लिया टिफिन दे मेरा मैं निकला हाँ हाँ तू ठहर मैं हुणे लेके आई बीबी बापू नू कहीं मैंने थोड़े जे पैसे देवे कल कॉलेज दी फीस भरनी है चंगा बीबी चंगा पुत गुरलीन इस तरह की देख रही है क्यों किसे सियाने ने मना किता है नहीं मना तो नहीं पर अपने लेखा चे सब किते मैं एक गरीब किसान दा पुत्र हां ते तू एक अमीर प्यो दी इकलौती लाड़ लेती अपना कोई मेल नहीं रंजीत प्यार कदे अमीरी गरीबी नहीं देखता बस हो जांदा जिदा मेनू हो गया तेरे नाल नहीं गुरलीन ये अमीरी दियां कंधां जिंदगी बर्बाद कर दिंदियां ने मैं तेनू खुश नहीं रख सकांगा साडे तां अपने घर दा खर्चा डेरी च दुध पा के चलदा ते मेरे मां प्यो मैथों आसा लाई बैठे ने कि उहनां दा पुत पढ़ लिख के कोई वड्डा अफसर बन जाएगा नहीं इह नहीं हो सकदा मेरे दिल ने तैनू रब मन्निया रंजीत मैनू होर कुछ नहीं चाहिदा जे लाई है तो जान दे के भी निभाऊंगी इश्क दे पेंडे बड़े औखे ने कुरलीन सूलां ते तुरना पैंदा की तू तुर सकदी है जानदी हां रंजीत बस तू मेरे कोल आ मैनू होर किसे दी परवाह नहीं ठीक है गुरलीन जी मैं तेरी मर्जी मैं तेरे नाल हां ओ रंजीत चल किताबा चुक आ चलिए ओ डैड मैं तेरे नाल एक बहुत जरूरी गल करनी ठीक है पुत ऐ कर पहला हाथ मुंह धोला नहीं डैड मैं हुनी करनी है ओहो ठीक है पुत एक तू ही तो है मेरा सब कुछ तेरी माँ तो मैं पहले ही अधवट्टे छड़ के चली गई ओ डैड तुसी फिर उदास हो गए माँ किते नहीं गई अपने दिला ची है गया ठीक हाँ दस की गल है
डैड मेरे कॉलेज मेरे नाल एक मुंडा पढ़ता है रंजीत ओ मेनू बहुत पसंद है उदा भोलापन उदी सादगी बहुत वधिया हो डैड मैं चाहनी हाँ तुसी एक बारी उनू मिल लो ठीक है मैं उदे नाल गल कर लेना हुण खुश ओ थैंक यू डैड लव यू ओके थैंक यू टेक केयर बेटा सेम टू यू हेलो ओ कोई है भाई भाई साहब घरे ही हो है आ कौन है पहले तेनु कदे देखिया नहीं वे जीते आ देखी कौन है गेट ते चंगा बेबे ओए काका रणजीत सिंह दा घर होइया जेड़ा कॉलेज च पढ़न जांदा शहर सत श्री अकाल जी मैं ही रणजीत सिंह हां ਤੁਸੀਂ ਗੁਰਲੀਨ ਦੇ ਡੈਡੀ ਹਾਂ ਹਾਂ ਜੀ ਹਾਂ ਜੀ ਮੈਂ ਉਹ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਓ ਆਓ ਤੁਸੀਂ ਆਓ ਬੈਠੋ ਮੈਂ ਚਾਹ ਲੈ ਕੇ ਆਇਆ ਨਹੀਂ ਨਹੀਂ ਚਾਹ ਦੀ ਕੋਈ ਲੋੜ ਨਹੀਂ ਰਹਿਣ ਦਿਓ ਮੈਂ ਰਣਜੀਤ ਬਾਰੇ ਗੱਲ ਕਰਨ ਆਇਆ ਸੀ ਹਾਂ ਜੀ ਕਿਸੇ ਨੇ ਦੱਸਿਆ ਕਿ ਬੜੇ ਚੰਗੇ ਸੁਭਾਅ ਦਾ ਮੁੰਡਾ ਹੈ ਮੈਂ ਸੋਚਿਆ ਮਿਲ ਹੀ ਜਾਂਦੇ ਹਾਂ ਵੈਸੇ ਸਰਦਾਰ ਜੀ ਭਲਾ ਕਿੰਨੀ ਕੁ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਜ਼ਮੀਨ ਕਿਹੜੀ ਹੈ ਜੀ ਸਾਡੇ ਕੋਲ ਮਸਾਂ ਡੇਢ ਕੁ ਕੁੱਲਾ ਹੋਣੀ ਆ ਬਾਕੀ ਆ ਪਸ਼ੂ ਨੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ ਇੱਕ ਮੁੰਡਾ ਆ ਉਹ ਕਾਲਜ ਪੜ੍ਹਦਾ ਆ ਮੈਂ ਮਾਲ ਡੰਗਰ ਸਾਹਿਬ ਲੈਂਦਾ ਬਾਕੀ ਜੋ ਆ ਉਹ ਤੁਹਾਡੇ ਸਾਹਮਣੇ ਹੀ ਆ ਮੇਰੀ ਗੱਲ ਧਿਆਨ ਨਾਲ ਸੁਣੋ ਓਏ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਇੱਕ ਟੱਪਰੀ ਵਸਾਂ ਦੇ ਘਰੇ ਕਰਾਂਗਾ ਔਕਾਤ ਦੇਖ ਆਪਣੀ ਔਕਾਤ ਤੇ ਮੇਰੀ ਧੀ 35 ਕਿੱਲਿਆਂ ਦੀ ਵਾਰਿਸ ਆ 35 ਕਿੱਲਿਆਂ ਦੀ ਤੇ ਤੇਰੇ ਕੋਲ ਕੀ ਆ ਨੰਗ ਦੇ ਕੋਲ ਇੱਕ ਦੂਰ ਕਿੱਲਾ ਅੱਜ ਤੋਂ ਬਾਅਦ ਜੇ ਮੇਰੀ ਧੀ ਦੇ ਨੇੜੇ ਤੇੜੇ ਵੀ ਫਰਕਿਆ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸਮਝਾ ਲਓ ਸਰਦਾਰ ਜੀ ਆਪਣੇ ਇਸ ਲਾਡਲੇ ਨੂੰ ਚਾਰ ਦੀ ਕੋੜ ਕਿੱਲੀ ਤੇ ਸਤੀਰੀਆਂ ਨੂੰ ਜੱਫੇ
ਉਹ ਮੂਰਖਾ, ਉਹ ਇੰਨੇ ਕੁ ਪਖੰਡ ਤਾਂ ਕਰਨੇ ਪੈਂਦੇ ਨੇ, ਉਹ ਤਾਂ ਹੀ ਜਨਤਾ ਹੋਊਗੀ ਜੇ ਪਖੰਡ ਕਰਾਂਗੇ। ਚੁੱਪ ਕਰਕੇ ਬਹਿ ਜਾ ਬਾਬਾ ਜੀ। ਉਹ ਦੇਖੋ ਭਗਤਣੀ ਕਿੰਨੀ ਘੈਂਟ ਆਉਂਦੀ ਆ, ਠੀਕ ਜੇ ਹੋ ਕੇ ਬਹਿ ਜਾਓ। ਲੈ ਵੀ ਚੇਲਿਆ, ਇੱਕ ਬੀਬੀ ਤਾਂ ਆਉਂਦੀ ਤੁਰੀ, ਬੋਣੀ ਤਾਂ ਲੱਗਦਾ ਚੰਗੀ ਹੋ ਗਈ। ਆ ਗਈ ਆ ਗਈ ਆ ਗਈ, ਆ ਰਹੀ ਆ। ਜੈ ਬਾਬਾ ਜੀ, ਦੁਖੀਆਂ ਦੇ ਦੁੱਖ ਕੱਟਣ ਵਾਲੇ ਦੀ ਸਦਾ ਹੀ ਜੈ ਹੋ। ਹਾਂ ਬੱਚਾ, ਖੁੱਲ ਕੇ ਬੋਲ। ਉਹ ਨਾ ਕੋਈ ਜੰਤਰ ਨਾ ਕੋਈ ਮੰਤਰ ਬਾਬੇ ਲਾਉਂਦੇ ਪੱਕਾ ਪੈਂਚਰ, ਕੀ ਤਕਲੀਫ ਆ ਤੈਨੂੰ? ਬਾਬਾ ਜੀ ਤੁਸੀਂ ਤਾਂ ਜਾਣੀ ਜਾਣੋ, ਸਾਡੀ ਮੱਝ ਦੁੱਧ ਨਹੀਂ ਦਿੰਦੀ। ਐ ਲੱਗਦਾ ਜਿਵੇਂ ਕਿਸੇ ਨੇ ਕੁਛ ਕਰਤਾ ਹੋਵੇ, ਦੁੱਧ ਚੋਣ ਲੱਗਿਆ ਲੱਤਾਂ ਮਾਰਦੀ ਐ। ਉਹ ਕਾਲਾ ਜਾਦੂ ਕੀਤਾ ਤੇਰੀ ਗੁਆਂਢਣ ਨੇ ਤੇਰੀ ਮੱਝ ਤੇ, ਓਏ ਸੱਤ ਚੀਜ਼ਾਂ ਛੱਡੀਆਂ ਨੇ, ਸੱਤ ਸਾਰਾ ਕੰਮ ਕਾਰ ਠੱਪਿਆ। ਉਹ ਅਪਾ ਕਰਨਾ ਪਊ ਬੀਬੀ, ਅਪਾ ਕਰੇਗੀ। ਤੁਸੀਂ ਜੋ ਕਹੋਗੇ ਬਾਬਾ ਜੀ ਮੈਂ ਉਹੀ ਕਰੂੰਗੀ, ਮੇਰੀ ਮੱਝ ਠੀਕ ਕਰ ਦੋ। ਕਾਲਾ ਕੁੱਕੜ ਕਾਲਾ ਕੱਪੜਾ ਤੇ ਕਾਲੇ ਮਾਂ ਤੇ 5500 ਰੁਪਏ ਨਗਦ ਧਰ ਬਾਬਿਆਂ ਦੇ ਚਰਨੀ, ਬੇੜੇ ਪਾਰ ਹੋਣਗੇ ਤੇਰੇ। ਉਹ ਜਿਹੜੀ ਮੱਝ ਦੁੱਧ ਦਿੰਦੇ ਲੱਤਾਂ ਮਾਰਦੀ ਆ, ਜੇ ਉਸੇ ਮੱਝ ਨੇ ਦੁੱਧ ਦੀਆਂ ਨਦੀਆਂ ਨਾ ਵਹਾਤੀਆਂ ਤਾਂ ਮੰਨੇਗੀ ਬਾਬਿਆਂ ਨੂੰ? ਹਾਂਜੀ ਬਾਬਾ ਜੀ। ਚੰਗਾ ਬਾਬਾ ਜੀ, ਓਨੀਆਂ ਆਥਣੇ ਸਮਾਨ ਲੈ ਕੇ। ਜੈ ਬਾਬਾ ਝੱਗੀ ਵਾਲੇ ਦੀ। ਬਾਬਾ ਜੀ ਇਹਦੀ ਮੱਝ ਲੋਟ ਹੋਜੂ ਆਪਣੇ ਤੋਂ? ਓਏ ਮੱਝ ਲੋਟ ਹੋਵੇ ਨਾ ਹੋਵੇ ਪਰ ਆ ਬੀਬੀ ਜ਼ਰੂਰ ਲੋਟ ਹੋ ਜੂਗੀ। ਉਹ ਕਿਵੇਂ ਬਾਬਾ ਜੀ? ਮੂਰਖ ਬਾਲਕ, ਉਹਦਾ ਲਿਆਂਦਾ ਕਾਲਾ ਕੁੱਕੜ ਤੇ ਦੇਸੀ ਘਿਓ ਤੇ ਅੰਗਰੇਜ਼ੀ ਦਾਰੂ, ਉਹ ਕਈ ਦਿਨਾਂ ਤੋਂ ਬਾਬਿਆਂ ਨੂੰ ਠੰਡ ਜਿਹੀ ਲੱਗੀ ਜਾਂਦੀ ਆ, ਕਹਿੰਦੇ ਕੁੱਕੜ ਦੀ ਤਰੀ ਪੀ ਕੇ ਠੰਡ ਠੀਕ ਹੋ ਜਾਂਦੀ ਆ। ਹਰੀਓ ਬਾਬਾ ਜੀ ਇੱਧਰ ਵੀ ਸਿੱਟ ਦਿਓ ਇੱਕ ਅੱਧੀ ਸੰਖੀ, ਸੁੱਖ ਨਾਲ ਤੁਹਾਡਾ ਚੇਲਾ ਜਵਾਨ ਹੋ ਗਿਆ। ਉਹ ਲਾਲਾ ਨਿਸ਼ਟ ਵਾਲੀ, ਓਏ ਚੱਲ ਜਾ ਅੰਦਰ ਬਾਬਿਆਂ ਦਾ ਮੰਜਾ ਠੀਕ ਕਰ। ਓਏ ਹੱਥ ਨੇ ਕੁੱਕੜ ਦੇ ਨਾਲ ਕੁੱਕੜ ਵਾਲੀ ਵੀ ਆਊਗੀ, ਚੱਲ ਜਾ ਜਾ ਜਾ। ਡੈਡੀ ਕਿਵੇਂ ਲੱਗਿਆ ਰਣਜੀਤ ਤੇ ਉਹਦਾ ਘਰ? ਸੋਹਾ ਉਹਦਾ ਘਰ, 1.5 ਕਿੱਲੇ ਪੈਲੀ ਉਹਦੇ ਕੋਲੇ। ਗੁਰਲੀਨ ਮੈਂ ਤੇਰਾ ਕਦੀ ਮਾੜਾ ਨਹੀਂ ਸੋਚਦਾ, ਮੈਨੂੰ ਤੇ ਇੰਜ ਲੱਗਦਾ ਸੌਣ ਵਾਸਤੇ ਮੰਜੇ ਵੀ ਨਹੀਂ ਪੂਰੇ ਹੋਣੇ ਉਹਦੇ ਘਰੇ। ਗੁਰਲੀਨ ਉਹ ਬੇਰੁਜ਼ਗਾਰ ਹੈ, ਖਾਣ ਦਾ ਹੀਲਾ ਵੀ ਉਹਦੇ ਕੋਲ ਕੋਈ ਨਹੀਂ ਹੈ ਤੇ ਉੱਤੋਂ ਕਰਜ਼ੇ ਹੇਠ ਦੱਬੇ ਪਏ ਨੇ। ਮੈਨੂੰ ਸਮਝ ਨਹੀਂ ਆਉਂਦੀ ਤੂੰ ਉਸ ਮੁੰਡੇ ਵਿੱਚ ਕੀ ਵੇਖਿਆ। ਸੋਰੀ ਮੈਂ ਤੇਰਾ ਰਿਸੋਰਸ ਖਰਚ ਨਹੀਂ ਕਰ ਸਕਦਾ। ਬਾਹਰ ਦੀ ਸੁੰਦਰਤਾ ਨਾਲੋਂ ਅੰਦਰ ਦੀ ਸੁੰਦਰਤਾ ਵੱਡੀ ਹੁੰਦੀ ਹੈ ਡੈਡ, ਉਹ ਬਹੁਤ ਮਿਹਨਤੀ ਮੁੰਡਾ ਹੈ, ਯਕੀਨ ਕਰੋ ਨੌਕਰੀ ਤਾਂ ਉਹਦੀ ਲੱਗ ਹੀ ਜਾਣੀ ਆ, ਮੈਨੂੰ ਰਣਜੀਤ ਤੇ ਪੂਰਾ ਵਿਸ਼ਵਾਸ ਹੈ ਡੈਡ। ਅੱਛਾ ਤੇ ਤੈਨੂੰ ਉਸ ਤੇ ਵਿਸ਼ਵਾਸ ਹੈ, ਆਪਣੇ ਪਿਓ ਤੇ ਨਹੀਂ? ਮੈਂ ਤੇਰਾ ਕਦੀ ਮਾੜਾ ਸੋਚਿਆ? ਮੈਂ ਤੇਰਾ ਰਿਸ਼ਤਾ ਉਸ ਘਰ ਕਰਾਂਗਾ ਜਿੱਥੇ ਮੈਨੂੰ ਚੰਗਾ ਲੱਗੇਗਾ। ਗੁਰਲੀਨ ਹੁਣੇ ਫੈਸਲਾ ਕਰ, ਤੈਨੂੰ ਆਪਣਾ ਪਿਓ ਚਾਹੀਦਾ ਜਾਂ ਬੇਰੁਜ਼ਗਾਰ ਮੁੰਡਾ ਰਣਜੀਤ?
ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਹੋਊਗਾ ਡੈਡ। ਤੁਸੀਂ ਨਾਰਾਜ਼ ਨਾ ਹੋ, ਮੈਂ ਧੁਰ ਤੋਂ ਬਾਹਰ ਕਿੱਦਾਂ ਜਾ ਸਕਦੀ ਹਾਂ ਡੈਡ। ਤੁਸੀਂ ਮੇਰੇ ਲਈ ਜੋ ਵੀ ਕਰੋਗੇ ਵਧੀਆ ਹੀ ਹੋਊਗਾ ਡੈਡ। ਹੈਲੋ, ਕੀ ਗੱਲ ਹੋਈ ਸੀ ਜਦੋਂ ਡੈਡ ਤੁਹਾਡੇ ਘਰ ਆਏ ਸੀ? ਕੁਛ ਨਹੀਂ ਗੁਰਲੀਨ, ਸ਼ਾਇਦ ਮੈਂ ਤੇਰੇ ਡੈਡ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ। ਉਹ ਆਪਣੀ ਜਗ੍ਹਾ ਠੀਕ ਨਹੀਂ। ਮੈਂ ਤੈਨੂੰ ਪਹਿਲਾਂ ਕਿਹਾ ਸੀ ਕੁੱਲੀਆਂ ਤੇ ਮਹਿਲਾਂ ਦਾ ਕਦੇ ਮੇਲ ਨਹੀਂ ਹੁੰਦਾ। ਹੈਲੋ ਰਣਜੀਤ, ਹੈਲੋ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਆਪਣੀ ਵਸਣ ਨਹੀਂ ਕਰੇ ਕਰਾਂਗਾ। ਔਕਾਤ ਦੇਖ ਆਪਣੀ ਔਕਾਤ, ਔਕਾਤ ਦੇਖ ਆਪਣੀ ਔਕਾਤ। ਤੇ ਤੇਰੇ ਕੋਲ ਕੀ ਆ? ਨੰਗ ਦੇ ਕੋਲ, ਤੇਰੇ ਕੋਲ ਕੀ ਆ? ਨੰਗ ਦੇ ਕੋਲ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਆਪਣੀ ਧੀ ਦਾ ਆਪਣੀ ਵਸਣ ਨਹੀਂ ਕਰੇ ਕਰਾਂਗਾ। ਔਕਾਤ ਦੇਖ ਆਪਣੀ ਔਕਾਤ, ਔਕਾਤ ਦੇਖ ਆਪਣੀ ਔਕਾਤ। ਤੇ ਤੇਰੇ ਕੋਲ ਕੀ ਆ? ਨੰਗ ਦੇ ਕੋਲ, ਤੇਰੇ ਕੋਲ ਕੀ ਆ? ਨੰਗ ਦੇ ਕੋਲ। Thank you.
ਬਾਪੂ ਆਪਾਂ ਜ਼ਮੀਨ ਵੇਚ ਕੇ ਨਾ ਜੀਤੇ ਨੂੰ ਬਾਹਰਲੇ ਮੁਲਕ ਭੇਜ ਦਿੰਦੇ ਹਾਂ। ਉੱਥੇ ਚੰਗੇ ਪੈਸੇ ਕਮਾਊਗਾ, ਨਾਲੇ ਆਪਣੀ ਵੀ ਜੂਨ ਸੁਧਰ ਜੂਗੀ। ਨਾਲੇ ਏਦਾਂ ਕੌਣ ਰਿਸ਼ਤਾ ਕਰੂ ਮੇਰੇ ਪੁੱਤ ਨੂੰ? ਇੰਨੀ ਕੁ ਜ਼ਮੀਨ ਤੇ ਬਣਦਾ ਵੀ ਕੀ ਹੈ? ਅਮਰਜੀਤ ਕੌਰੇ, ਜ਼ਮੀਨ ਵੇਚ ਕੇ ਕਿੰਨੇ ਕੁ ਦਿਨ ਗੁਜ਼ਾਰਾ ਹੋਏਗਾ? ਸ਼ਾਹੂਕਾਰ ਪੱਲੇ ਵੀ ਕੀ ਪਾਉਂਦੇ ਆ? ਵੇਚਣੀ ਹੈ ਜ਼ਮੀਨ, ਪਰ ਭੁੱਖੇ ਮਰ ਜਾਂਗੇ ਆਪਾਂ। ਕੱਲ ਨਾ ਆਪਾਂ ਝੱਗੇ ਵਾਲੇ ਬਾਬੇ ਕੋਲ ਚੱਲਦੇ ਆ, ਉੱਥੇ ਪੁੱਛਣਾ ਪਾਉਂਦੇ ਆ, ਸ਼ਾਇਦ ਬਾਬਾ ਕੋਈ ਹੱਲ ਕੱਢ ਦੇਵੇ। ਜਿਵੇਂ ਤੇਰੀ ਮਰਜ਼ੀ, ਪਰ ਮੈਨੂੰ ਤਾਂ ਕੁਛ ਸਮਝ ਨਹੀਂ ਆ ਰਿਹਾ। ਅੱਜ ਨੰਨਾ ਜਿਹਾ ਨਾ ਮਾਰਿਆ ਕਰੋ, ਮੈਂ ਤਾਂ ਜ਼ਰੂਰ ਜਾਊਂਗੀ ਕੱਲ ਨੂੰ, ਤੇ ਤੁਸੀਂ ਵੀ ਮੇਰੇ ਨਾਲ ਚੱਲੋ। ਉੱਥੇ ਜਾ ਕੇ ਬੁੱਤ ਜੀ ਨਾ ਬਣੀ ਬੈਠੇ ਰਹੋ, ਬਾਬੇ ਦੀ ਜੈਬ ਲਾ ਦਿਓ, ਬੜੇ ਕੰਮ ਸਮਾਰਦੇ ਬਾਬਾ। ਬਾਬਾ ਜੀ ਆਓ, ਆ ਗਏ ਉੱਤੇ ਵਾਲੀ ਮੋਟੀ, ਧਾਗੇ ਦੇ ਪੈਸੇ ਵੀ ਦੇ ਗਏ, ਅੱਜ ਤਾਂ ਇਹਨੂੰ ਐਂ ਭਜਾਓ ਨਾ। ਕਾਹਦੇ ਵਾਸਤੇ ਔਖੇ ਹੋ ਗਏ ਤੁਸੀਂ? ਬਾਬੇ ਆਪੀ ਕੰਮ ਸਿੱਧਾ ਕਰ ਉਹ ਰਹਿਣ ਤੇ ਤੂੰ ਇਹ ਬਾਬੇ ਜਿੰਨਾ ਕੰਮ ਸਿੱਧਾ ਕਰਦੇ ਆ ਜਾਣਦਾ ਮੈਂ। ਐਂ ਨਹੀਂ ਬੋਲੀਦਾ ਹੁੰਦਾ। ਜੈ ਬਾਬਾ ਝੱਗੀ ਦਾਸ ਜੀ ਨਾ ਬੋਲ ਦੋ ਜੈ ਹੁਣ। ਜੈ ਬਾਬਾ ਝੱਗੀ ਦਾਸ ਜੀ, ਜੈ ਬਾਬਾ ਝੱਗੀ ਦਾਸ ਜੀ, ਜੈ ਬਾਬਾ ਝੱਗੀ ਦਾਸ ਜੀ, ਜੈ ਬਾਬਾ ਝੱਗੀ ਦਾਸ ਜੀ। ਜੈ ਬਾਬਾ ਝੱਗੀ ਦਾਸ ਜੀ। ਹਾਂ ਵੀ ਭਗਤਾ, ਉਹ ਕਿਵੇਂ ਮੂੰਹ ਲਟਕਾਇਆ? ਕੀ ਦੁੱਖਾ? ਵੈਸੇ ਬਾਬੇ ਆਪੀ ਜਾਣੇ ਜਾਣ ਨੇ, ਪਰ ਤੁਸੀਂ ਖੁੱਲ ਕੇ ਦੱਸੋ। ਬਾਬਾ ਜੀ ਆ ਦੱਸੋ ਜਰਾ, ਮੇਰੇ ਪੁੱਤਰ ਨੂੰ ਨੌਕਰੀ ਮਿਲੂਗੀ ਜਾਂ ਉਹ ਬਾਹਰਲੇ ਮੁਲਕ ਜਾਊਗਾ? ਬੜੇ ਔਖੇ ਆ ਘਰੋਂ, ਸਾਡੇ ਵੀ ਦਿਨ ਕਦੇ ਫਿਰਨਗੇ ਜਾਂ ਨਹੀਂ? ਉਹ ਕਿਉਂ ਚੱਕਰਾਂ 'ਚ ਪਿਆ ਭਗਤਾ? ਕਿੰਨੇ ਮੁੰਡੇ ਨੇ ਤੇਰੇ? ਬਸ ਇੱਕੋ ਹੀ ਆ ਬਾਬਾ ਜੀ। ਉਹ ਕੁਛ ਨਹੀਂ ਹੋ ਸਕਦਾ ਉਹਦਾ, ਨਾ ਤੁਹਾਡਾ। ਉਹ ਲੀਲਾ ਸੋਥਾ ਪੀ ਕੇ ਮਰ ਜਾ, ਸ਼ਾਇਦ ਸਰਕਾਰ ਕੋਲੋਂ 5-10 ਲੱਖ ਰੁਪਇਆ ਮਿਲ ਜਾਏ ਤੇਰੇ ਘਰਦਿਆਂ ਨੂੰ। ਉਹ ਬਥੇਰੀ ਹੰਡਾ ਲਈ ਤੂੰ। ਓਏ ਘੱਟੋ ਘੱਟ ਜਵਾਕ ਤਾਂ ਸੌਖੇ ਹੋ ਜਾਣਗੇ। ਉਹ ਨਾਲੇ ਤੇਰੀ ਜ਼ਿੰਦਗੀ ਹੈ ਵੀ ਕਿੰਨੀ ਕੁ? ਉਹ ਤੂੰ ਪਹਿਲੇ ਤਾਂ ਗਰੇਵੀ ਨੂੰ ਪੈਸੇ ਦੇ ਕੇ ਗਈ ਬੁੜੀਏ, ਉਹ ਮੈਨੂੰ ਤੁਹਾਡੇ ਵਰਗੇ ਭਗਤਾਂ ਦੀ ਲੋੜ ਨਹੀਂ। ਲੈ ਜਾਂਦੇ ਉੱਥੋਂ ਕਿਤੇ, ਇੱਥੇ ਨਾ ਇਹਦਾ ਰਾਮ ਨਾਮ ਸੱਤ ਹੋ ਜਾਏ। ਉਹ ਜਾਓ ਜਾਓ, ਸਾਨੂੰ ਸਿਰਫ ਅਮੀਰ ਭਗਤਾਂ ਦੀ ਲੋੜ ਆ, ਆ ਗਰੀਬਾਂ ਗਰੂਬਾਂ ਦੀ ਨਹੀਂ। ਚੱਲ ਜਾਓ ਭਾਈ, ਅਸੀਂ ਕੋਈ ਛੋਟੇ ਮੋਟੇ ਬਾਬੇ ਥੋੜ੍ਹੀ ਹਾਂ, ਬਹੁਤ ਪਹੁੰਚੇ ਹਾਂ, ਹਿਮਾਲਿਆ ਤੋਂ ਆਏ ਹੋਏ। ਸਾਲੇ ਨੰਗ, ਉਹ ਜਿਨ੍ਹਾਂ ਕੋਲ ਆਪੇ ਨਹੀਂ ਕੁਛ ਦੇਣ ਨੂੰ, ਉਹ ਮੈਨੂੰ ਕੀ ਦੇਣਗੇ? ਘੰਟਾ ਬਾਬਾ ਜੀ ਦਾ ਆ ਜਾਂਦੇ ਮੂੰਹ ਚੱਕ ਕੇ ਬਾਬੇ ਦੇ ਡੇਰੇ ਵੱਲ। ਉਹ ਚੇਲਿਆ, ਬੀਬੀ ਆਈ ਨਹੀਂ ਕੱਲ ਵਾਲੀ? ਉਹ ਆਉਂਦੀ ਹੋ ਬਾਬਾ ਜੀ, ਸਬਰ ਰੱਖੋ ਥੋੜਾ ਜਿਹਾ। ਉਹ ਕੱਲ ਵਾਲੀ ਪਈ ਆ ਬਚਦੀ? ਥੋੜੀ ਜੀ ਪਈ ਆ। ਚੱਲ ਜਾ ਕੇ ਪੈਗ ਬਣਾ, ਮੈਂ ਆਇਆ। ਜੋਗਿੰਦਰ ਸਿੰਘ ਬਸ ਜੀ, ਸਵੇਰੇ ਸਵਖਤ ਤੇ ਚਲੇ ਜਾਂਦਾ, ਸ਼ਾਮ ਨੂੰ ਪਰਤ ਆਉਂਦਾ ਥੱਕ ਹਾਰ ਕੇ। ਮੈਥੋਂ ਹੁਣ ਬਹੁਤਾ ਕੰਮ ਨਹੀਂ ਹੁੰਦਾ, ਦਿਨੋਂ ਦਿਨ ਕੰਮ ਥੱਲੇ ਹੀ ਜਾਈ ਜਾਂਦਾ। ਕਰੀਏ ਕੋਈ ਗੱਲ ਫਿਰ ਵੱਡੇ ਸਾਹਿਬ ਨਾਲ ਨੌਕਰੀ ਬਾਰੇ। ਤੁਹਾਡਾ ਬੜਾ ਵੱਡਾ ਆਸਾਨ ਹੋਏਗਾ ਜੀ ਜੇ ਤੁਸੀਂ ਇਹ ਕੰਮ ਕਰਵਾ ਦਿਓਗੇ, ਨਹੀਂ ਤਾਂ ਅਸੀਂ ਤਾਂ ਐਂ ਧੱਕੇ ਖਾਂਦੇ ਰਹਿ ਜਾਵਾਂਗੇ। ਚਲੋ ਫਿਰ ਜੀਤੇ ਨੂੰ ਭੇਜੋ ਮੇਰੀ ਕੋਠੀ, ਕਰਦੇ ਹਾਂ ਵੱਡੇ ਸਾਹਿਬ ਨਾਲ ਗੱਲ।
ठीक है जी, बैठो चाय पी के जाए। बस बस कोई गल नहीं, बड़ी मेहरबानी। ठीक है जी। नरंजन हरिओम। बाबा जी बहुत बड़ा जी मैदे च। शट शट दे शरीर नू। ओ मैं बहुत कसुत्ता बाबा, चाहे तू भूत है चाहे चड़ेल है, मैं नहीं बख्शता किसी नू। कप्पा पूता बाबा, तेरे वर्गे छत्ती बाबे जिंदे कितने मैं। ओए बाबा पतला पतला बिपड़ा ला पूत, छोटा मेरे छोड़ दो मेरे, बचाओ बचालो कप्पा। बाप बड़ा कसुत्ता बाबा, भज गया साला। बैठ रे चेले साले, जे तेरे वर्गे चेले होना ਉਹ ਦੁਸ਼ਮਣਾਂ ਦੀ ਕੀ ਲੋੜ ਆ, ਮੈਨੂੰ ਇਕੱਲਾ ਫਸਾ ਕੇ ਭੱਜ ਆਇਆ ਵਾ ਉੱਥੋਂ। ਆਏ ਹੋਏ ਰੱਬਾ, ਉਹ ਮਰ ਗਿਆ। ਆਏ ਲੈ ਸਰਪੰਚ ਕੋਲ ਆ ਗਏ। ਹਾਂ ਸਰਪੰਚ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਆਹ ਦੇਖ ਲਾ ਸਰਪੰਚਾ, ਆਹ ਨੇਕੇ ਦੇ ਮੁੰਡੇ ਨੇ ਚਿਮਟੇ ਵਾਲਾ ਕੁੱਟਿਆ ਮੈਨੂੰ। ਆਹ ਵਿੱਚੇ ਤੁਹਾਡਾ ਮੁੰਡਾ ਸੀ, ਇਹ ਆ ਗਏ। ਆਹ ਪੁੱਛੋ ਇਹਨਾਂ ਨੂੰ, ਪੁੱਛੋ ਪੁੱਛੋ। ਉਹ ਹਾਵੇ ਕਾਕਾ, ਤੂੰ ਬਾਬੇ ਦੇ ਚਿਮਟੇ ਕਿਉਂ ਮਾਰੇ? ਇਹਨੇ ਕਦੋਂ ਮਾਰੇ ਨੇ ਜੀ, ਉਹ ਤਾਂ ਭੂਤ ਨੇ ਮਾਰੇ ਨੇ। ਆਹ ਨਾ ਨਾ ਸਰਪੰਚ, ਤੁਹਾਨੂੰ ਬੋਲਦੇ ਨੇ ਜਿੰਨ ਕਿੱਥੋਂ ਆ ਜੀ ਚ, ਇਹ ਵੀ ਨਾਲੇ ਦੀ। ਪੁੱਛ ਲਓ ਚਾਹੇ ਨਾ ਪੁੱਛੋ। ਓ ਬਾਬਾ, ਤੂੰ ਆਪੇ ਤਾਂ ਕਹਿੰਦਾ ਸੀ ਜੀ ਪ੍ਰੇਤ ਆ ਤੇਰੇ 'ਚ, ਉਸੇ ਪ੍ਰੇਤ ਨੇ ਧਰਤੀਆਂ ਤੇਰੇ, ਹੁਣ ਕਿਉਂ ਝੂਠ ਬੋਲਦਾ? ਇਹ ਤਾਂ ਮੁੰਡਾ ਗਊ ਆ ਜੀ, ਗਊ। ਸਰਪੰਚ ਸਾਹਿਬ, ਬੜਾ ਗੰਦਾ ਬਾਬਾ ਇਹ, ਮੇਰੇ ਸਾਹਮਣੇ ਰਣਜੀਤ ਦੇ ਪਿਓ ਨੂੰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰਤਾ ਇਹਨੇ, ਪੁੱਛੋ ਇਹਨੂੰ। ਬਾਬਾ ਬੋਲਦਾ ਕਿਉਂ ਨਹੀਂ ਹੁਣ ਤੂੰ? ਮੇਰੀ ਗੱਲ ਸੁਣ ਲਾ ਕੰਨ ਖੋਲ ਕੇ, ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਲੋਕ ਤੇਰੀ ਐਸੀ ਭੁਗਤ ਸੰਵਾਰਨਗੇ, ਤੂੰ ਯਾਦ ਰੱਖੇਗਾ। ਝੂਠ ਫਰੇਬ ਬੋਲ ਕੇ ਤੂੰ ਲੋਕਾਂ ਨਾਲ ਜਿਹੜੀਆਂ ਠੱਗੀਆਂ ਮਾਰਦਾ ਨਾ, ਮੈਨੂੰ ਪਹਿਲਾਂ ਵੀ ਖਬਰਾਂ ਲੱਗੀਆਂ ਨੇ। ਐਂ ਕਰੋ ਮੁੰਡਿਓ, ਇਹ ਬਾਬੇ ਨੇ ਐਂ ਨਹੀਂ ਸੁਧਰਨਾ, ਪਹਿਲਾਂ ਇਹਦੀ ਹੁਣੇ ਕਰੋ ਸੇਵਾ ਪਾਣੀ। ਇਹ ਵੀ ਕੀ ਯਾਦ ਰੱਖੂਗਾ ਕਿਹੜੇ ਪਿੰਡ ਦੇ ਲੋਕਾਂ ਨਾਲ ਵਾਹ ਪਿਆ ਤੀ। ਚਲੋ ਫੜ ਇਹਨੂੰ, ਮੇਰੇ ਪੰਜਾਬ ਦੇ ਲੋਕ ਇਹ ਢੌਂਗੀ ਬਾਬਿਆਂ ਦੇ ਫਰੇਬ ਨੂੰ ਸਮਝ ਜਾਣ ਤਾਂ ਸਾਰਾ ਪੰਜਾਬ ਸੁਖੀ ਹੋ ਜਾਵੇ। ਹੇ ਰੱਬਾ, ਸਮੱਤ ਬਖਸ਼ ਮੇਰੇ ਪੰਜਾਬ ਦੇ ਲੋਕਾਂ ਨੂੰ। ਬਾਬਾ ਇਹਨੂੰ ਕੀ ਹੋਇਆ? ਨਾ ਸਾਲਾ ਤੂੰ ਪੈਦਲ ਨਹੀਂ ਭੱਜ ਗਿਆ ਮੇ ਤੋਂ, ਹੈ ਮੈਨੂੰ ਫਸਾ ਗਿਆ ਉੱਥੇ ਇਕੱਲੇ ਨੂੰ। ਓ ਬਾਬਾ, ਕਿਵੇਂ ਸਜਾਈ ਫਿਰਦਾ ਹੈ ਲੱਤਾਂ ਬਾਹਾਂ? ਓ ਪੁੱਛ ਨਾ ਤੈਨੂੰ, ਓ ਜਿਹੜੇ ਬੰਦੇ ਜੋ ਮੈਂ ਪ੍ਰੇਤ ਕੱਢ ਰਹੀ ਸੀ ਉਸੇ ਨੇ ਭੰਨੇ ਮੈਨੂੰ। ਓ ਕੋਈ ਇਹੀ ਜਗ੍ਹਾ ਨਹੀਂ ਛੱਡੀ ਜਿੱਥੇ ਨਾ ਮਾਰਿਆ ਹੋਵੇ। ਓਏ ਹੋਏ ਵੇ ਬਾਬਾ, ਅੱਜ ਕੱਲ ਲੋਕ ਸਿਆਣੇ ਹੋ ਗਏ, ਛੱਡ ਦੇ ਲੋਕਾਂ ਨੂੰ ਠੱਗਣਾ। ਅੱਜ ਕੱਲ ਲੋਕ ਸਿਆਣਿਆਂ ਤੇ ਪੁੱਛਾ ਦੇਣ ਵਾਲਿਆਂ ਤੇ ਜ਼ਿਆਦਾ ਹੱਥ ਸਾਫ ਕਰਦੇ ਆ। ਅੱਛਾ, ਨਾ ਤੈਨੂੰ ਤੂੰ ਆਈ ਨਹੀਂ ਕੁੱਕੜ ਦੇ ਦਾਰੂ ਲੈ ਕੇ, ਆ ਤੇਰੀ ਮੱਝ ਮਿਲਣ ਲੱਗ ਗਈ। ਮੈਂ ਵੇਚਤੀ ਓ। ਅੱਛਾ ਹਾਂ, ਨਾਲ ਤੇਰੇ ਪੱਲੇ ਕੀ ਆ? ਤੇਤੋਂ ਵੱਧ ਕਾਲਾ ਜਾਦੂ ਤਾਂ ਮੈਂ ਜਾਣਦੀ ਆ, ਦਿਖਾਵਾਂ ਝੱਟ। ਓ ਨਾ 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 ਨਾ, ਹੋਰ ਨਹੀਂ ਕੁੱਟ ਸਹੀ ਜਾਣੀ। ਆ ਜਾ ਚੱਲੇ, ਚੱਲ ਚੱਲੇ ਭੱਜ ਲਾ। ਬਾਬਾ ਜੀ ਆਪਾਂ ਉਹੀ ਕੰਮ ਨਾ ਕਰੀਏ ਕਿਹੜਾ ਜਿਹੜਾ ਪਹਿਲਾਂ ਕਰਦੇ ਸੀ। ਬਾਬੇ ਬੂਬੇ ਤਾਂ ਅੱਜ ਕੱਲ੍ਹ ਫੇਲ ਨੇ ਸਾਰੇ। ਉਹ ਸਹੀ ਕਹਿੰਦਾ ਚੱਲਿਆ, ਉਹ ਸਾਲਿਆ ਮੈਂ ਤਾਂ ਤੈਨੂੰ ਤਾਂ ਰੱਖਿਆ ਸੀ, ਉਹ ਤੂੰ ਪੜ੍ਹੇ ਲਿਖਿਆ ਬੰਦਾ, ਪੜ੍ਹੇ ਲਿਖੇ ਗਾਹਕਾਂ ਨੂੰ ਭੁਗਤਾਈ ਜਾਏਗਾ ਬਾਹਰਲੇ ਦੇਸ਼ ਵਾਲਿਆਂ ਨੂੰ, ਹੈਂ? ਉਹ ਕੰਮ ਤਾਂ ਹੁਣ ਸਾਰੇ ਹੀ ਫੇਲ ਨੇ, ਆਹੀ ਕੰਮ ਬਚਿਆ ਸੀ ਇਹ ਵੀ ਬਾਹਲਾ ਰਿਸਕੀ ਹੋ ਗਿਆ।
ਉਹ ਚੱਲ ਤੂੰ ਆਪਣਾ ਕੰਮ ਦੇਖ, ਮੈਂ ਤਾਂ ਰਲਦਾ ਕਿਸੇ ਨਾਲ ਸੀਰੀ ਜਾ ਕੇ। ਆਏ ਓਏ ਤੈਨੂੰ ਪੂਰਾ ਖਿਆਲ ਰੱਖਿਆ ਕਰੋ ਜੀ। ਨਹੀਂ ਨਹੀਂ ਸਰਪੰਚ ਸਾਹਿਬ, ਮੇਰਾ ਤੁਹਾਡੇ ਵੱਲ ਪੂਰਾ ਖਿਆਲ ਆ। ਮੰਤਰੀ ਸਾਹਿਬ, ਜੇ ਤੁਸੀਂ ਖਿਆਲ ਰੱਖਿਆ ਹੁੰਦਾ ਨਾ ਤਾਂ ਮੇਰੇ ਪਿੰਡ ਦਾ ਨਕਸ਼ਾ ਨਾ ਬਦਲ ਜਾਂਦਾ ਹੁਣ ਤੱਕ। ਮੰਤਰੀ ਤੁਹਾਨੂੰ ਸਾਡੇ ਲੋਕਾਂ ਨੇ ਬਣਾਇਆ, ਜੇ ਇਮਾਨਦਾਰੀ ਨਾਲ ਕੰਮ ਨਹੀਂ ਕਰੋਗੇ ਨਾ ਤਾਂ ਅੱਗੇ ਨੂੰ ਵੋਟਾਂ ਲੈਣ ਨਾ ਆਇਓ। ਅੱਛਾ, ਮੈਂ ਚੱਲਦਾ, ਸਤਿ ਸ਼੍ਰੀ ਅਕਾਲ। ਮੰਤਰੀ ਸਾਹਿਬ ਵਧੀਆ ਵਧੀਆ, ਆਓ ਜੀ ਆਓ ਬੈਠੋ। ਤੁਹਾਡੇ ਦਰਸ਼ਨਾਂ ਲਈ ਆਇਆ ਮੰਤਰੀ ਸਾਹਿਬ, ਨਾਲੇ ਮੁਰਗਾ ਲਿਆ ਕਰ ਦਿਓ ਹਲਾਕ, ਨਾਲੇ ਸਾਡਾ ਹਿੱਸਾ ਜ਼ਰੂਰ ਰੱਖਿਓ। ਉਹ ਇਹ ਵੀ ਕਹਿਣ ਦੀ ਲੋੜ ਆ, ਬੁਲਾਓ ਜ਼ਰਾ, ਉਹ ਕਾਕਾ ਆ ਵੀ ਜ਼ਰਾ। ਸਤਿ ਸ਼੍ਰੀ ਅਕਾਲ ਜੀ ਮੰਤਰੀ ਸਾਹਿਬ। ਇੱਕ ਨਿੱਕਾ ਜਿਹਾ ਕੰਮ ਆਇਆ ਤੁਹਾਡੇ ਕੋਲ, ਰਣਜੀਤ ਦੀ ਨੌਕਰੀ ਬਾਰੇ ਗੱਲ ਕਰਨੀ ਆ ਤੁਹਾਡੇ ਨਾਲ। ਉਹ ਗੱਲ ਏ ਕੋਈ ਨਹੀਂ, ਮੈਂ ਜਾਣਦਾ ਇਹਨੂੰ, ਆਪਣੇ ਪਿੰਡ ਦਾ ਹੀ ਮੁੰਡਾ ਪੜ੍ਹਿਆ ਲਿਖਿਆ, ਨਾਲੇ ਹੁਣ ਤੱਕ ਵੋਟਾਂ ਵੀ ਤਾਂ ਪਾਉਂਦੇ ਰਹੇ ਨੇ। ਲੈ ਫਿਰ ਤਾਂ ਗੱਲ ਬਣੀ ਪਈ ਆ, ਉਹ ਗੱਲ ਤਾਂ ਬਣੀ ਪਈ ਆ, ਲਾਵਾਂ ਕਿੰਨਾ ਚੜੂਗਾ। ਤੁਹਾਨੂੰ ਤਾਂ ਪਤਾ ਹੀ ਆ ਨੌਕਰੀਆਂ ਐਵੇਂ ਤਾਂ ਮਿਲਦੀਆਂ ਨਹੀਂ, ਉੱਪਰ ਤੱਕ ਦੇਣਾ ਪੈਂਦਾ, ਵਿੱਚੋਂ ਆਪਾਂ ਨਹੀਂ ਇੱਕ ਵੀ ਰੁਪਿਆ ਖਾਂਦੇ। ਸਾਨੂੰ ਤਾਂ ਜੀ ਆੜਤੀ ਨੇ ਵੀ ਪੈਸੇ ਨਹੀਂ ਦੇਣੇ, ਨਾ ਕਿਸੇ ਪਿੰਡ ਦੇ ਬੰਦੇ ਨੇ ਨਾ ਹੀ ਸ਼ਾਹੂਕਾਰ ਨੇ। ਗਰੀਬ ਬੰਦੇ ਨੂੰ ਕਿਹੜਾ ਆਧਾਰ ਵੀ ਦਿੰਦਾ ਜੀ। ਆਪਣੇ ਤਾਂ ਹੱਥ ਖੜੇ ਨੇ, ਜੇ ਨੌਕਰੀ ਲੱਗਣਾ ਘੱਟ ਤੋਂ ਘੱਟ 9-10 ਲੱਖ ਰੁਪਏ ਦਾ ਇੰਤਜ਼ਾਮ ਤਾਂ ਕਰਨਾ ਪਊ, ਬਾਕੀ ਸੋਚ ਕੇ ਦੱਸ ਦਿਓ। ਚਲੋ ਫਿਰ ਸੋਚ ਕੇ ਦੱਸ ਦਿੰਦੇ ਮੰਤਰੀ ਸਾਹਿਬ ਤੁਹਾਨੂੰ। ਚੰਗਾ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਚੱਲ ਵੀ ਕਾਕਾ, ਸਤਿ ਸ਼੍ਰੀ ਅਕਾਲ। ਹੈਲੋ, ਉਹ ਕੀ ਹਾਲ ਨੇ ਸਰਕਾਰ ਦੇ? ਉਹ ਨਹੀਂ ਨਹੀਂ ਸਾਮੀ ਤਾਂ ਫਸੀ ਪਈ ਆ, ਅਸੀਂ ਆ ਰਹੇ ਹਾਂ ਤੁਹਾਡੇ ਕੋਲ ਕੱਲ੍ਹ। ਹਾਂਜੀ, ਸਤਿ ਸ਼੍ਰੀ ਅਕਾਲ। ਪੁਲਿਸ ਵਿੱਚ ਬਤੌਰ ਇੰਸਪੈਕਟਰ ਸਿਲੈਕਟ ਕੀਤਾ ਗਿਆ, ਮੁਬਾਰਕਾਂ ਹੋਣ ਬਹੁਤ ਬਹੁਤ। ਸੱਚੀ? ਤੁਸੀਂ ਗਲਤ ਨੰਬਰ ਤਾਂ ਨਹੀਂ ਮਿਲਾ ਲਿਆ? ਤੁਸੀਂ 1 ਤਰੀਕ ਤੋਂ ਆ ਕੇ ਡਿਊਟੀ ਜੁਆਇਨ ਕਰੋ। ਤੁਹਾਡਾ ਬਹੁਤ 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 ਧੰਨਵਾਦ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਓਕੇ ਜੀ, ਮੈਂ ਆ ਜਾਊਂਗਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇਰਾ ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ, ਤੇਰਾ ਲੱਖ ਲੱਖ ਸ਼ੁਕਰ ਹੈ, ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ। ਬਾਪੂ ਬਾਪੂ, ਓਏ ਲੀਲਾ ਸੋਥਾ ਪੀ ਕੇ ਮਰ ਜਾ, ਲੀਲਾ ਸੋਥਾ ਪੀ ਕੇ ਮਰ ਜਾ। ਸ਼ਾਇਦ ਸਰਕਾਰ ਕੋਲੋਂ 5-10 ਲੱਖ ਰੁਪਏ ਮਿਲ ਜੇ ਤੇਰੇ ਘਰਦਿਆਂ ਨੂੰ, ਉਹ ਬਥੇਰੀ ਹੰਡਾਲੀ ਤੂੰ, ਓਏ ਘੱਟੋ ਘੱਟ ਜਵਾਕ ਤਾਂ ਸੌਖੇ ਹੋ ਜਾਣਗੇ, ਓਏ ਲੀਲਾ ਸੋਥਾ ਪੀ ਕੇ ਮਰ ਜਾ, ਲੀਲਾ ਸੋਥਾ ਪੀ ਕੇ ਮਰ ਜਾ। ਸ਼ਾਇਦ ਸਰਕਾਰ ਕੋਲੋਂ 5-10 ਲੱਖ ਰੁਪਏ ਮਿਲ ਜੇ ਤੇਰੇ ਘਰਦਿਆਂ ਨੂੰ, ਉਹ
ਬਥੇਰੀ ਹੰਡਾਲੀ ਤੂੰ ਬਥੇਰੀ ਹੰਡਾਲੀ ਤੂੰ ਓਏ ਘੱਟੋ ਘੱਟ ਜਵਾਕ ਤਾਂ ਸੌਖੇ ਹੋ ਜਾਣਗੇ ਪੜ੍ਹੀ ਲਿਖੀ ਆ ਘਰ ਦੇ ਸਾਰੇ ਕੰਮ ਕਾਰ ਜਾਣਦੀ ਆ ਚਾਹ ਲਓ ਤੁਸੀਂ ਹਾਂ ਲੈ ਬੇਟਾ ਸਤਿ ਸ੍ਰੀ ਅਕਾਲ ਤੁਹਾਨੂੰ ਸਾਡੀ ਧੀ ਪਸੰਦ ਸਰਦਾਰ ਜੀ ਬੜੀ ਖੁਸ਼ੀ ਹੋਈ ਇਸ ਤੋਂ ਬਾਅਦ ਸਾਡੇ ਲਈ ਹੋਰ ਕੀ ਹੋ ਸਕਦਾ ਮੇਰੇ ਤਾਂ ਸਿਰ ਤੋਂ ਤੁਸੀਂ ਬੋਝ ਤਾਰਤਾ ਮੈਂ ਕਿਹਾ ਜੀ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਇਹ ਹੁਣ ਸਾਡੀ ਧੀ ਆ ਬੜੀ ਵੱਡੀ ਸੋਚ ਦੇ ਮਾਲਕ ਹੋ ਤੁਸੀਂ ਸਰਦਾਰ ਜੀ ਬਹੁਤ ਵੱਡੇ ਘਰ ਦੀ ਨੂੰਹ ਬਣਨ ਜਾ ਰਹੀ ਤੁਹਾਡੀ ਬੇਟੀ ਇਹ ਤਾਂ ਕੁੜੀ ਦੇ ਭਾਗ ਨੇ ਜੀ ਹੋਰ ਭਾਅ ਜੀ ਜਿਹੜੀ ਗੱਲ ਹੋ ਜੇ ਮੇਰੀ ਬੇਨਤੀ ਆ ਆਪਾਂ ਸਾਫ਼ ਗੱਲ ਕਰੀਏ ਕਿਉਂਕਿ ਅੱਜ ਤੋਂ ਬਾਅਦ ਆਪਾਂ ਰਿਸ਼ਤੇਦਾਰ ਬਣ ਗਏ ਅਤੇ ਇਹਦੇ ਵਿੱਚ ਕੋਈ ਵੀ ਉਹ ਕੋਈ ਵੀ ਵਲਫਲੇਮਾ ਨਾ ਹੋਵੇ ਜਿਹੜੀ ਗੱਲ ਹੋਵੇ ਸਾਫ਼ ਹੋਵੇ ਵਧੀਆ ਗੱਲ ਆ ਮੈਂ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਸਰਦਾਰ ਜੀ ਹਾਂ ਪੁੱਤ ਕੋਈ ਨਹੀਂ ਹਾਂ ਬੇਟਾ ਗੁਰਲੀਨ ਬੇਟਾ ਇਹਨਾਂ ਨੂੰ ਨਾਲ ਲੈ ਜਾਓ ਜਾ ਕੇ ਗੱਲਬਾਤ ਕਰੋ ਦੇਖੋ ਭਾਅ ਜੀ ਬੱਚੇ ਪੜ੍ਹੇ ਲਿਖੇ ਨੇ ਆਪਣਾ ਮਾੜਾ ਚੰਗਾ ਸਭ ਸੋਚਦੇ ਨੇ ਸਭ ਪਤਾ ਇਹਨਾਂ ਨੂੰ ਕਿਉਂ ਜੇ ਦੋਨੋਂ ਗੱਲਬਾਤ ਕਰਨਗੇ ਤਾਂ ਕੋਈ ਗੱਲ ਨਹੀਂ ਦੇਖੋ ਸਰਦਾਰ ਜੀ ਕੁੜੀ ਤਾਂ ਅੱਗੇ ਸਾਨੂੰ ਪਸੰਦ ਆ ਅਤੇ ਅਸੀਂ ਕੁੜੀ ਨੂੰ ਨਾ ਅੱਗੇ ਲੈ ਕੇ ਜਾਵਾਂਗੇ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਨਹੀਂ ਭਾਅ ਜੀ ਮੈਨੂੰ ਹੋਰ ਕੀ ਚਾਹੀਦਾ ਜੇ ਤੁਹਾਨੂੰ ਮੇਰੀ ਧੀ ਪਸੰਦ ਆ ਗਈ ਨਾ ਤਾਂ ਤੁਸੀਂ ਜੋ ਕਹੋਗੇ ਮੈਂ ਤੁਹਾਡੇ ਨਾਲ ਹਾਂ ਇਹ ਹੁਣ ਤੁਹਾਡੀ ਧੀ ਨਹੀਂ ਇਹ ਮੇਰੀ ਧੀ ਆ ਮੈਂ ਇਹਨੂੰ ਨੂੰਹ ਨਹੀਂ ਆਪਣੀ ਧੀ ਬਣਾ ਕੇ ਰੱਖਾਂਗਾ ਭਾਅ ਜੀ ਤੁਹਾਡੀ ਬੜੀ ਚੰਗੀ ਸੋਚ ਹੈ ਤੁਸੀਂ ਬੜੀ ਚੰਗੀ ਸੋਚ ਦੇ ਮਾਲਕ ਹੋ ਲਓ ਜੀ ਫਿਰ ਆਪਾਂ ਪਾਰਟੀ ਇਕੱਠੇ ਕਰ ਲਾਂਗੇ ਅਤੇ ਸ਼ਗਨ ਵੀ ਉੱਥੇ ਹੋ ਜਾਏਗਾ ਤੁਸੀਂ ਆਪਣੇ ਰਿਸ਼ਤੇਦਾਰ ਬੁਲਾ ਲਿਓ ਅਸੀਂ ਆਪਣੇ ਬੁਲਾ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਹਲੋ ਫਿਰ ਬੁਲਾਓ ਗੁਰਲੀਨ ਆ ਜਾਓ ਭਾਈ ਹਾਂਜੀ ਕਾਕਾ ਜੀ ਕਿਵੇਂ ਲੱਗੀ ਬਸ ਠੀਕ ਆ ਹੁਣ ਸਾਨੂੰ ਇਜਾਜ਼ਤ ਠੀਕ ਹੈ ਭਾਅ ਜੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਕੋਈ ਆਪ ਸ਼ਗਨ ਕਰ ਲਾਂ ਕਿਉਂਕਿ ਆਫਟਰ ਆਲ ਮੈਂ ਵੀ ਧੀ ਦਾ ਬਾਪ ਹੈਗਾ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ 10 ਮਿੰਟ ਗੱਡੀ 'ਚ ਵੇਟ ਕਰੋ ਸਾਡੀ ਅਤੇ ਮੈਂ ਬੱਚੇ ਦੇ ਕੱਪੜੇ ਲਿਆਉਣਾ ਨਾਲੇ ਜੋ ਵੀ ਤਿਲਫੁਲ ਬਣਦਾ ਮੈਂ ਕਰਾਂਗਾ ਠੀਕ ਆ ਜੀ ਇਹ ਸ਼ਗਨ ਅੱਜ ਤੋਂ ਇਹ ਧੀ ਤੁਹਾਡੀ ਹੈ ਲਓ ਫਿਰ ਪਾਓ ਜੱਫੀ ਲਾ ਵੀ ਕਾਕਾ ਬੇਜੇ ਥੈਂਕ ਯੂ ਤੂੰ ਮੇਰਾ ਪੁੱਤਰ ਅੱਜ ਤੋਂ ਉਹ ਬਸ ਬਸ ਚੰਗਾ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਚਲ ਵੀ ਚੱਲ ਤੂੰ ਵੀ ਤਿਆਰੀ ਕਰ ਆਪਣੀ
ਚੰਗਾ ਘਰ ਮਿਲ ਗਿਆ ਪੁੱਤ ਨੂੰ ਵੀ। ਪੁੱਤਰ ਇਹ ਤੇਰੀ ਮਿਹਨਤ ਤੇ ਪੜ੍ਹਾਈ ਆ ਜੋ ਤੂੰ ਕਰਦਾ ਆਇਆ ਹੈ। ਕਹਿੰਦੇ ਨਾ ਨਾ ਉਹਦੇ ਘਰ ਦੇਰ ਆ ਅੰਧੇਰ ਨਹੀਂ ਆ। ਆਪਣੀ ਮਾਂ ਵੱਲ ਵੇਖ ਕਿਵੇਂ ਖੁਸ਼ੀ ਨਾਲ ਪਾਗਲ ਹੋਈ ਪਈ ਆ। ਰੋਣ ਦੇ ਦਿਨ ਚਲੇ ਗਏ ਬੀਬੀ। ਉਹ ਨੀਲੀ ਛੱਤਰੀ ਵਾਲਾ ਜਦੋਂ ਨੇੜੇ ਹੋ ਕੇ ਸੁਣਦਾ ਨਾ ਤਾਂ ਘਾਟੇ ਵਾਧੇ ਸਭ ਪੂਰੇ ਕਰ ਦਿੰਦਾ। ਆਜੋ ਉਹ ਅੰਦਰ ਚੱਲੀਏ। ਕੀ ਕਰ ਰਹੇ ਹੋ ਤੁਸੀਂ? ਪਾਗਲ ਹੋ ਤੜੀ ਤੈਨੂੰ ਛੱਡੋ ਇਹਨੂੰ, ਇਹ ਕੰਮ ਚੰਗਾ ਨਹੀਂ ਹੁੰਦਾ। ਇਹ ਤਾਂ ਹੁਣ ਹੱਟਾ ਚ ਰਸ ਗਿਆ ਤੇ ਨਾਲੇ ਹੱਟਾ ਤੇ ਨਾਲ ਹੀ ਜਾਣਾ। ਧੋਖਾ ਕੀਤਾ ਤੁਸੀਂ ਮੇਰੇ ਨਾਲ, ਪਹਿਲਾਂ ਕਿਉਂ ਨਹੀਂ ਦੱਸਿਆ? ਉਹੀ ਤਾਂ ਕਰ ਕੀਤਾ ਮੈਂ ਤੇਰੇ ਨਾਲ। ਸਭ ਨੂੰ ਪਤਾ ਹੈ ਕਿ ਮੈਂ ਚਿੱਟੇ ਦਾ ਧੀ ਹਾਂ, ਚਿੱਟੇ ਦਾ। ਨਾਲੇ ਤੇਰੇ ਪਿਓ ਨੇ ਤੈਨੂੰ ਮੇਰੇ ਨਾਲ ਨਹੀਂ, ਮੇਰੇ 40 ਕਿੱਲੇ ਵਾਲੇ ਰਿਸ਼ਤਾ ਕੀਤਾ ਮੇਰੇ 40 ਸਮਝੀ। ਪਲੀਜ਼ ਛੱਡ ਦੋ ਇਹਨੂੰ, ਤੁਹਾਨੂੰ ਰੱਬ ਦਾ ਵਾਸਤਾ ਹੈ। ਇਹਨੂੰ ਤਾਂ ਨਹੀਂ ਛੱਡ ਸਕਦਾ ਮੈਂ, ਹਾਂ ਪਰ ਤੈਨੂੰ ਜ਼ਰੂਰ ਛੱਡ ਸਕਦਾ। ਨਿਕਲ ਮੇਰੇ ਘਰੋਂ। ਨਾਲੇ ਗੱਲ ਸੁਣ, ਤੇਰਾ ਗੁਲਾਬ ਦੀ ਵੇ ਸਮਝੀ, ਚੱਲ ਦਫਾ ਹੋ ਮੇਰੇ ਘਰੋਂ। ਛੱਡ ਦੋ ਪਲੀਜ਼, ਮਾਫ ਕਰ ਦੋ ਪਲੀਜ਼, ਛੱਡ ਦੋ ਮੈਨੂੰ, ਚੱਲ। ਕੀ ਗੱਲ ਆ ਗੁਰਲੀਨ, ਤੂੰ ਕੱਲੀ ਆਈ ਆ, ਰੋਣਾ ਨਹੀਂ ਆਇਆ ਤੇਰੇ ਨਾਲ? ਕਿੱਥੇ ਆਓ, ਕੀ ਗੱਲ ਤੂੰ ਰੋਈ ਜਾਂਦੀ ਆ? ਸਭ ਸੁੱਖ ਤੇ ਹੈ, ਇਹ ਤੂੰ ਕੁਛ ਬੋਲਦੀ ਕਿਉਂ ਨਹੀਂ? ਮੈਂ ਤਾਂ ਬਰਬਾਦ ਹੋ ਗਈ ਡੈਡ, ਹੈ ਉਹ ਤਾਂ ਇੱਕ ਨੰਬਰ ਦਾ ਨਿਸ਼ੇੜੀ ਨਿਕਲਿਆ। ਜੇ ਮੈਂ ਕਿਹਾ ਤੂੰ ਨਸ਼ਾ ਛੱਡ ਦੇ, ਕਹਿੰਦਾ ਤੈਨੂੰ ਛੱਡ ਦੂੰਗਾ ਪਰ ਨਸ਼ਾ ਨਹੀਂ ਛੱਡਦਾ। ਕੀ ਕਿਹਾ, ਉਹਦੀ ਇੰਨੀ ਹਿੰਮਤ? ਤੇ ਅੱਗੇ ਬੋਲਦਾ, ਕੋਈ ਨਾ ਹੱਲੇ ਤੇਰਾ ਪਿਓ ਜਿਉਂਦਾ, ਘਬਰਾ ਨਾ, ਚੱਲ ਖੜੀ ਹੋ, ਉੱਠ ਰੋਟੀ ਖਾ ਮੇਰਾ ਪੁੱਤ, ਆਪਾਂ ਠਾਣੇ ਚੱਲਦੇ ਹਾਂ, ਜਾ ਕੇ ਰਿਪੋਰਟ ਲਿਖਾਉਂਦੇ ਹਾਂ, ਚੱਲ ਚੱਲ ਰੋ ਨਾ।
चल खड़ी हो मेरा पुत, चल 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 चल, कोई ना कोई ना, चल शाबाश। ओए तू इत्थे भी, तेरा साहब कित्थे आ? तुसी बैठो। हाँ जी दसो, मैं तुहाडी की सेवा कर सकता? रंजीत सत श्री अकाल जी, मेरा नाम है जी बलदेव सिंह, ये है मेरी धी गुरलीन। हाँ जी सरदार साहब, तुहानू कौन बोल सकता, हुक्म करो मैं तुहाडी की सेवा कर सकता। बेटा मैं उस दिन तो बहुत शर्मिंदा कि जो मैं तेनों तेरे घर पुट सदा बोलिया, पर बेटा आज मैनू बड़ा फक्र होया कि मैं तेनों इस रुतब च देख। बेटा मैं गुरलीन का विआह एक बहुत वड्डे घर कीता सी ते ओह मुंडा नशेड़ी निकलिया, उन्हें बेटा गुरलीन ने कुटिया मारिया ते कहा तू मेरे घरों निकल जा। बेटा मैं उस घर दे नाल कोई भी कोई रिश्ता नहीं रखना चाहता, तू साड़ी मदद कर प्लीज, नहीं सारी साड़ी मदद कर। नहीं तुसी हाथ ना चलो, लियो मैं नंबर दियो। जी मैं थानेदार रणजीत सिंह संधू बोल रहा, थोड़े अगेंस्ट एक कंप्लेट आई है कि तुसी अपनी वाइफ नूं मारिया कुटिया ते घरों नहीं कढ़ दिता। मेरी गल सुन, ये हरकत दोबारा नहीं होनी चाहिए। बंदे का पुत बन जा तू, अद्धा दे तू नशे ने मारिया पिया, अद्धा पुलिस के टंडिया नाल मर जाएगा। जे दोबारा कोई ऐसी हरकत की तो मैथों बुरा कोई नहीं तेरे वास्ते, आज ही लिख के दे, मैं भेज रहा इन्हों तेरे को, सवेरे बंद को ठाणे पेश हो जी आके, घड़ीस के लेके आऊं तेरे घरों, समझ आ गई ना गल? हाँ मैं उच्ची आवाज च बोलने लिए माफी चाहता,
ਸਰਦਾਰ ਸਾਹਿਬ ਤੁਹਾਡਾ ਕੰਮ ਹੋ ਗਿਆ, ਜੇ ਹੋਰ ਕੋਈ ਸੇਵਾ ਹੋਈ ਮੇਰੇ ਲਾਇਕ ਜਦੋਂ ਮਰਜ਼ੀ ਆ ਜਾਣਾ। ਬੜੀ ਮਿਹਰਬਾਨੀ ਬੇਟਾ, ਮੈਂ ਤੇਰਾ ਇਹਸਾਨ ਪਤਾ ਨਹੀਂ ਕਿਵੇਂ ਚੁਕਾਵਾਂਗਾ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਹੁਣ ਤੂੰ ਅੱਗੇ ਬਾਰੇ ਸੋਚ। ਜ਼ਿੰਦਗੀ ਇੱਥੇ ਖਤਮ ਨਹੀਂ ਹੋ ਜਾਂਦੀ। ਮੈਂ ਅੰਦਰੋਂ ਹੀ ਅੰਦਰ ਬਹੁਤ ਟੁੱਟ ਚੁੱਕੀ ਹਾਂ ਰਣਜੀਤ, ਮੈਂ ਕੀ ਕਰਾਂਗੀ ਹੁਣ? ਰਣਜੀਤ, ਮੈਂ ਮਰਨਾ ਚਾਹੁੰਦੀ ਹਾਂ। ਪਾਗਲਾਂ ਵਾਲੀਆਂ ਗੱਲਾਂ ਨਾ ਕਰ, ਮੇਰੇ ਵੱਲ ਦੇਖ। ਜੀ ਰਿਹਾ ਨਾ ਤੇਰੇ ਤੋਂ ਬਿਨਾਂ। ਮੇਰੇ ਘਰ ਨੂੰ ਅੱਜ ਵੀ ਤੇਰੇ ਪੈਰਾਂ ਦੀ ਉਡੀਕ ਹੈ। ਮੇਰੇ ਲਈ ਤੂੰ ਅੱਜ ਵੀ ਉਹੀ ਕੁਰਲੀਨ ਹੈ ਜੋ ਪਹਿਲਾਂ ਸੀ। ਅੱਜ ਵੀ ਤੂੰ ਉਹੀ ਕੁਰਲੀਨ ਹੈ। ਆਪਾਂ ਨਹੀਂ ਬਦਲੇ ਗੁਰਲੀਨ, ਆਪਾਂ ਨਹੀਂ ਬਦਲੇ। ਹਾਲਾਤ ਬਦਲੇ ਸੀ। ਦੇਖ, ਮੇਰੇ ਵੱਲ ਦੇਖ। ਮੈਂ ਉਹੀ ਰਣਜੀਤ ਤੇ ਤੂੰ ਮੇਰੀ ਉਹੀ ਗੁਰਲੀਨ। ਮੈਂ ਸਭ ਕੁਝ ਸੁਣ ਲਿਆ। ਮੈਂ ਬਹੁਤ ਸ਼ਰਮਿੰਦਾ ਹਾਂ। ਦੌਲਤ ਦੀ ਪੱਟੀ ਮੇਰੀ ਅੱਖਾਂ 'ਤੇ ਬੰਨ੍ਹੀ ਹੋਈ ਸੀ। ਮੈਨੂੰ ਅੱਜ ਅਹਿਸਾਸ ਹੋਇਆ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਕਾਸ਼ ਉਸ ਟਾਈਮ ਮੈਂ ਗੁਰਲੀਨ ਦੀ ਗੱਲ ਮੰਨ ਲੈਂਦਾ। ਮੈਨੂੰ ਮਾਫ਼ ਕਰ ਦਿਓ ਬੇਟਾ। ਨਹੀਂ, ਹਰ ਮਾਂ ਬਾਪ ਇਹ ਚਾਹੁੰਦਾ ਹੈ ਕਿ ਉਹਦਾ ਬੱਚਾ ਚੰਗੇ ਘਰ 'ਚ ਵਿਆਹਿਆ ਜਾਏ। ਸਭ ਖੁਸ਼ੀਆਂ ਮਿਲਣ, ਕੋਈ ਕਮੀ ਨਾ ਰਹੇ।
ਪਰ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਅੰਕਲ। ਅੰਕਲ ਨਹੀਂ ਡੈਡ, ਕਿਆ ਪੁੱਤਰਾ ਡੈਡ, ਤੂੰ ਸਹੀ ਕਹਿੰਦਾ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਜ਼ਿੰਦਗੀ ਦੇ ਅਹਿਮ ਫੈਸਲੇ ਬੰਦੇ ਨੂੰ ਸੋਚ ਸਮਝ ਕੇ ਲੈਣੇ ਚਾਹੀਦੇ ਨੇ। ਓ ਪਾਪਾ, ਦੋਸਤੋ ਇਹ ਸੀ ਮੂਵੀ ਬੇਰੁਜ਼ਗਾਰ ਜਿਹੜੀ ਕਿ ਤੁਸੀਂ ਸਭ ਨੇ ਦੇਖ ਲਈ ਹੈ, ਅਤੇ ਹੁਣ ਅਸੀਂ ਇਸ ਮੂਵੀ 'ਤੇ ਸਮੀਖਿਆ ਕਰਾਂਗੇ, ਤੁਹਾਨੂੰ ਸਮੀਖਿਆ ਦੀ ਸਾਂਭ ਪਾਉਣ ਵਾਸਤੇ ਜਾ ਰਹੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਸਮੀਖਿਆ ਸ਼ੁਰੂ ਕਰੀਏ, ਮੈਂ ਚਾਹਾਂਗਾ ਕਿ ਮੇਰੇ ਨਾਲ ਮੇਰੇ ਸਾਥੀ ਵੀ ਸ਼ਾਮਿਲ ਹੋ ਜਾਣ। ਅਤੇ ਮੇਰੇ ਨਾਲ ਇਸ ਵੇਲੇ ਧਰਮਿੰਦਰ ਸਿੰਘ ਕੰਮ ਜਿਹੜੇ ਕਿ ਆਇਰਲੈਂਡ ਵਿੱਚ ਨੇ, ਅਤੇ ਇਸ ਕੰਮ ਦੇ ਉਹ ਮਾਹਰ ਨੇ, ਸਾਡੇ ਵਿੱਚ ਸਭ ਤੋਂ ਜ਼ਿਆਦਾ ਮਾਹਰ ਉਹ ਨੇ ਇਸ ਕੰਮ ਵਾਸਤੇ, ਅਤੇ ਉਹ ਮੇਰੇ ਨਾਲ ਸ਼ਾਮਿਲ ਨੇ ਇਸ ਵੇਲੇ। ਬਾਕੀ ਬੰਗੀ ਸਾਹਿਬ ਦੇ ਨਾਲ ਮੇਰੀ ਪਹਿਲਾਂ ਗੱਲ ਹੋਈ ਸੀ, ਫੋਨ 'ਤੇ ਹੋਈ ਸੀ ਥੋੜ੍ਹੀ ਜਿਹੀ, ਉਹਨਾਂ ਦਾ ਨੈੱਟ ਨਹੀਂ ਚੱਲਿਆ ਅਜੇ, ਉਹਨਾਂ ਦੇ ਚੱਕਰ ਹੈ। ਬਾਕੀ ਸਵਾਮੀ ਹੋਣਾ ਵੀ ਸਾਨੂੰ ਪਤਾ ਪਿਛਲੀ ਵਾਰੀ ਚੱਕਰ ਸੀ, ਪਰ ਹੁਣ ਪਤਾ ਨਹੀਂ, ਦੇਖਦੇ ਹਾਂ। ਅਤੇ ਸਵਾਮੀ ਜੀ ਜੇ ਤੁਸੀਂ ਸੁਣ ਰਹੇ ਡਾਕਟਰ ਸਾਹਿਬ, ਅਤੇ ਤੁਸੀਂ ਡਾਇਲ ਕਰੋ, ਆਪਾਂ ਦੇਖਦੇ ਹਾਂ। ਮੈਂ ਦੂਸਰੇ ਪੀ ਸੀ 'ਤੇ ਫੋਨ ਕੀਤਾ ਹੈ ਸਕਾਈਪ, ਹੋ ਸਕਦਾ ਤੁਹਾਡਾ ਚੱਲ ਜਾਏ। ਅਤੇ ਬੰਗੀ ਸਾਹਿਬ ਨੂੰ ਤਾਂ ਮੇਰਾ ਖਿਆਲ ਦੂਸਰੇ ਤਰੀਕੇ ਦੇ ਨਾਲ ਹੀ ਹੋਣਾ ਪਏਗਾ। ਅਤੇ ਮੈਂ ਹੁਣ ਕੰਗ ਸਾਹਿਬ ਨੂੰ ਸਾਹਮਣੇ ਲਿਆ ਰਿਹਾ। ਹਾਂਜੀ ਹਾਂ, ਠੀਕ ਆ ਰਹੀ ਹੈ, ਪਰ ਆਪਣਾ ਨਾ ਜਿਹੜਾ ਯੂਟਿਊਬ ਦੇ ਉੱਤੇ ਹਜੇ ਵੀ ਬਲੈਂਕ ਹੀ ਹੈ। ਸਿਰਫ ਬਲੈਕ ਬਲੈਕ ਸਕਰੀਨ ਆ ਰਹੀ ਹੈ, ਨਾ ਮਿਡਲ ਦੇ ਵਿੱਚ ਲਿਖਿਆ ਹੋਇਆ ਯੂਟਿਊਬ, ਦੈਟਸ ਇਟ। ਉਦੋਂ ਮੈਂ ਇਹੀ ਐਕਸਪਲੇਨ ਕਰ ਰਿਹਾ ਹੈ ਉਹਨੇ ਕਿ ਯੂਟਿਊਬ 'ਤੇ ਨਹੀਂ ਆ ਰਿਹਾ ਹੈ। ਅੱਛਾ ਅੱਛਾ, ਹਾਂਜੀ ਹਾਂ, ਹੁਣ ਤਾਂ ਆ ਰਹੀ ਹੈ। ਹਾਂਜੀ, ਲਾਈਵ ਚੈਟ ਚੈਟ ਤਾਂ ਆ ਰਿਹਾ ਸੀਗਾ ਲਾਈਵ ਚੈਟ ਨੇ, ਪਰ ਮਿਡਲ ਦੇ ਵਿੱਚ ਕਿ ਬਲੈਕ ਸਕਰੀਨ ਐਂਡ ਮਿਡਲ ਦੇ ਵਿੱਚ ਸਿਰਫ ਯੂਟਿਊਬ। ਹਾਂਜੀ ਹਾਂ, ਹੈ ਤਾਂ ਕਨੈਕਟਡ ਲਾਈਵ ਆ ਰਿਹਾ ਹੈ, ਪਰ ਸਕਰੀਨ ਕਿ ਵਿੱਚੋਂ ਬਲੈਕ ਹੋ ਜਾਂਦੀ ਸੀ, ਫਿਰ ਫੋਟੋ ਆ ਜਾਂਦੀ ਸੀ, ਫਿਰ ਬਲੈਕ ਹੋ ਜਾਂਦੀ ਸੀ। ਹਾਂਜੀ, ਹਾਂਜੀ ਹਾਂਜੀ, ਆ ਰਿਹਾ ਹੈ, ਨਹੀਂ ਫੇਸਬੁੱਕ 'ਤੇ ਨਹੀਂ ਹੈ।
ਅੱਛਾ ਜੀ। ਹਾਂਜੀ ਹਾਂਜੀ ਹਾਂ ਹਾਂਜੀ ਹਾਂ ਹਾਂਜੀ ਹਾਂਜੀ ਸਵਾਮੀ ਜੀ ਦਾ ਵੀ ਨੈਟ ਨਾ ਚੱਲਦਾ ਹੋਇਆ ਅੱਜ ਅੱਛਾ
डिस्कनेक्ट हो गए अच्छा जो ना स्काइप नहीं चलता पे है हाँ जी हाँ जी ठीक है मैं करना चेक नहीं अपने तो स्टूडियो से है ना वो आवाज डायरेक्ट आ रही है हाँ जी मैं ऑन किया होया दूसरा भी ना हाँ जी आ रही है यूट्यूब पे आ रही है लाइव स्ट्रीम पे भी यूट्यूब पे भी है
ਲੂਪ ਕਲਰ ਤਾਂ ਆ ਜਾਂਦਾ ਹੈ। ਹਾਂਜੀ ਹਾਂਜੀ ਹਾਂ ਹਾਂਜੀ ਬਹੁਤ ਹੀ ਜ਼ਿਆਦਾ ਹਾਂਜੀ ਹਾਂਜੀ Thank you.
ਹਾਂਜੀ 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 ਠੀਕ ਹੈ ਹਾਂ ਪਹਿਲਾਂ ਸਾਰਿਆਂ ਨੇ ਕਿ ਪੰਜਾਬੀ ਮੰਚ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਆਪਣਾ ਮੈਂ ਮਹਿਤਾਬ ਜੀ ਦਾ ਬਹੁਤ ਨੇ ਕਿ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਆਪਦੀ ਫਿਲਮ ਦੇ ਉੱਤੇ ਸਮੀਖਿਆ ਕਰਨ ਦਾ ਅਤੇ ਮੈਂ ਪੰਜਾਬੀ ਮੰਚ ਦਾ ਵੀ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਇਹਨੇ ਕਿ ਚਾਂਸ ਦਿੱਤਾ ਹੈ ਬੋਲਣ ਦਾ ਜਿਸ ਹਿਸਾਬ ਨਾਲ ਤੁਸੀਂ ਕਿ ਆਪਣਾ ਕਾਂਗਰਸ ਦੱਸਿਆ ਜਾਂਦਾ ਕਿ ਵਿਸ਼ਿਆਂ ਦੀ ਗੱਲ ਕਿ ਵਾਕਿਆ ਉਹਨਾਂ ਨੇ ਇੱਕੋ ਫਿਲਮ ਦੇ ਵਿੱਚ ਕਿ ਕਾਫੀ ਵਿਸ਼ੇ ਕਿ ਸ਼ੋਅ ਕਰਨ ਦੇ ਕਿ ਦਿਖਾਇਆ ਹੈਗਾ ਏ ਪਰ ਇਸ ਦੇ ਨਾਲ ਨਾਲ ਕਿ ਕਈ ਚੀਜ਼ਾਂ ਦਾ ਹੈ ਟੈਕਨੀਕਲ ਵੋਇਸ ਕਿ ਇੱਕ ਜਿਹੜੇ ਕਿ ਸੀਨ ਹੈਗੇ ਆ ਉਹਨਾਂ ਦੇ ਵਿੱਚ ਡਿਲੇ ਬਹੁਤ ਜ਼ਿਆਦਾ ਹੈ ਹਰ ਇੱਕ ਡਾਇਲੋਗ ਦੇ ਅੰਦਰ ਕਿ ਕਈਆਂ ਦੇ ਵਿੱਚ ਬਹੁਤ ਜ਼ਿਆਦਾ ਡਿਲੇ ਹੈ ਅੱਛਾ ਹਾਂਜੀ ਹਾਂਜੀ ਲਾਈਵ 'ਚ ਆ ਰਹੀ ਸੀਗੀ ਤੁਹਾਡੀ ਲਾਈਵ ਕਿਹੜੇ ਪਾਸੇ ਦੇਖ ਰਹੇ ਪਏ ਹੋਏ ਉੱਤੇ
ਹਾਂਜੀ ਪਹਿਲਾਂ ਆ ਰਹੀ ਸੀਗੀ, ਹੁਣ ਪਹਿਲਾਂ ਆ ਰਹੀ ਸੀਗੀ, ਹੁਣ ਨਹੀਂ ਆ ਰਹੀ। ਨਹੀਂ ਹਾਂਜੀ ਯੂਟਿਊਬ ਤੇ ਵੀ ਨਹੀਂ ਆ ਰਹੀ। ਹਾਂਜੀ ਬਹੁਤ ਲੋ ਆ ਨੇ ਕਿ ਨਹੀਂ? ਹਾਂਜੀ ਮੇਰੇ ਦੋਨੋਂ ਸਾਈਡ ਹੀ ਆਉਣਾ ਇਹਨੇ ਕਿਤੇ। ਹਾਂ ਠੀਕ ਹੈ ਨਹੀਂ ਜਿਹੜੇ ਬਣਾਏ ਨਾ ਯਾਨੀ ਕਿ ਆਪਣੇ ਮਦਦ ਦਾ ਸਵੀਪ ਕਰਦੇ ਪਏ ਨਾ ਮੱਝਾਂ ਦੇ ਝਾੜੂ ਕਰੀ ਜਾਂਦੇ ਕੀਤੇ ਗਏ ਨੇ ਇੰਨੇ ਲੰਬੇ ਦੀ ਜ਼ਰੂਰਤ ਨਹੀਂ ਸੀਗੀ ਥਾਂ ਦੇ ਉੱਤੇ ਵਿੱਚ ਵਿੱਚ ਪਾ ਦਿੰਦੇ ਨੇ ਜਿਹੜੇ ਯਾਨੀ ਕਿ ਮੁੰਡੇ ਬੈਠੇ ਨਸ਼ਾ ਕਰੀ ਜਾਂਦੇ ਹੈ ਕਈਆਂ ਜਗ੍ਹਾ ਤੇ ਉਹਨਾਂ ਨੇ ਦਿਖਾ ਦਿੰਦੇ ਵੀ ਉਹ ਇੱਥੇ ਆ ਜਾਂਦੇ ਹੈ ਤੇ ਹਾਂਜੀ ਆਪਣਾ ਯਾਨੀ ਕਿ ਬਾਅਦ ਵਿੱਚ ਉੱਠ ਕੇ ਜੋ ਜਾਂਦੀ ਹੈ ਮਦਰ ਨਹੀਂ ਤੇ ਆਪਣਾ ਦੇਖੇ ਵੀ ਉਹ ਉੱਥੇ ਬੈਠੇ ਡਰੱਗਸ ਲਈ ਜਾਂਦੇ ਹੈ। ਇੱਕ ਚੀਜ਼ ਸੀਗੀ ਆਪਣੇ ਜਦੋਂ ਰਿਜ਼ੋਲਵ ਕੀਤਾ ਹੋਇਆ ਨਾ ਬਲੈਕ ਰਿਜ਼ੋਲਵ ਕੀਤਾ ਹੋਇਆ ਕਈ ਸੀਨਾਂ ਦੇ ਉੱਤੇ ਉਦੋਂ ਮਿਊਜ਼ਿਕ ਫੇਟ ਨਹੀਂ ਕੀਤਾ ਹੈਗਾ। ਹਾਂਜੀ ਹਾਂਜੀ ਕਿਉਂਕਿ ਮਿਊਜ਼ਿਕ ਨਹੀਂ ਕਿ ਇੱਕਦਮ ਲਾਊਡ ਤੇ ਇੱਕਦਮ ਹੀ ਡਿਸਪੀਅਰ ਉੱਥੋਂ ਨੇ ਕਿੰਨਾ ਥੋੜ੍ਹਾ ਮਿਊਜ਼ਿਕ ਵੀ ਨਾਲ ਨਾਲ ਫੇਟ ਕਰ ਦਿੰਦੇ ਉਹ ਫਿਰ ਨਾ ਡਿਜ਼ੋਲਵ ਦੇ ਵਿੱਚ ਮਿਕਸ ਹੋ ਜਾਂਦਾ ਸਾਰੇ ਨਾ ਯਾਨੀ ਕਿ ਇੱਕ ਪਾਸੇ ਬਲੈਕ ਹੋ ਰਿਹਾ ਇੱਕ ਪਾਸੇ ਨਹੀਂ ਨਾਲ ਨਾਲ ਮਿਊਜ਼ਿਕ ਘੱਟ ਹੋ ਰਿਹਾ ਆਪਣੇ ਜਿੱਥੇ ਯਾਨੀ ਕਿ ਦਿਖਾਉਂਦੇ ਆ ਉਹ ਜੋਗਿੰਗ ਕਰ ਰਹੇ ਯਾਨੀ ਕਿ ਐਕਸਰਸਾਈਜ਼ ਸਾਰਾ ਕੁਛ ਉੱਥੇ ਉਹ ਟੈਕ ਹੁੰਦਾ ਨਾ ਤਿੰਨ ਦੀ ਵੀ ਜੇ ਨੰਬਰ ਡੇ 1 ਡੇ 2 ਡੇ 3 ਹਾਂ ਥੋੜ੍ਹੀ ਨਾ ਯਾਨੀ ਕਿ ਹੋ ਜਾਂਦਾ ਨਾ ਆਪਣੇ ਨਾ ਵੀ ਇੱਕੋ ਦਿਨ 'ਚ ਨਹੀਂ ਸਾਰਾ ਯਾਨੀ ਕਿ ਐਕਸਰਸਾਈਜ਼ ਕੀਤੀ ਅਲੱਗ ਅਲੱਗ ਦਿਨਾਂ ਦੇ ਵਿੱਚ ਹੁਣ ਯਾਨੀ ਕਿ ਕੀਤਾ ਹਾਂਜੀ ਉਹ ਸੀਨ ਕਈ ਵਿੱਚੋਂ ਬਹੁਤ ਲੰਬੇ ਹੈ
ਪਰ ਉਸ ਤੋਂ ਬਾਅਦ ਜਦੋਂ ਆਪਣੇ ਆ ਕੇ ਦੱਸਦਾ ਹੈ ਵੀ ਆਪਦੇ ਫਾਦਰ ਨੂੰ ਵੀ ਮੈਂ ਮੈਨੂੰ ਨੌਕਰੀ ਮਿਲ ਗਈ, ਫਾਦਰ ਬੋਟਲ ਨਾ ਪਿੱਛੇ ਛੁਪਾ ਲੈਂਦਾ ਹੈ, ਪਰ ਉਹ ਬੋਟਲ ਉਸ ਤੋਂ ਬਾਅਦ ਦਿਖਾਇਆ ਨਹੀਂ ਹੈ ਵੀ ਡਿੱਗ ਕਿੱਥੇ ਸਿੱਟੀ ਹੈ, ਕਿੱਥੇ ਕੀ ਕੀਤਾ ਹੈ। ਹਾਂ, ਕੈਮਰਾ ਦੂਸਰੇ ਪਾਸੇ ਨਾ, ਇਹ ਵਿੱਚ ਸੀਨ ਲਾ ਦਿੰਦੇ ਨੇ ਇਹਨੇ ਕਿ ਵੀ ਬੋਟਲ ਨੇ ਕਿ ਪਿੱਛੇ ਇਹਨੇ ਕਿ ਬਿਨਾਂ ਦਿਖਾਏ ਸਿੱਟ ਰਿਹਾ ਹੈ। ਉਹਦੇ ਨਾਲ ਨਾ ਥੋੜ੍ਹਾ ਜਿਹਾ ਨਾ ਕਿ ਕਿਉਂਕਿ ਉਹ ਸੀਨ ਨਾ ਫਿਰ ਇੱਕ ਲੰਬਾ ਨਹੀਂ ਰਹਿੰਦਾ ਹੈ, ਵਿੱਚ ਵਿੱਚ ਡਿਫਰੈਂਟ ਜਦੋਂ ਕੈਮਰੇ ਆ ਜਾਂਦੇ ਨੇ ਵਿੱਚ ਫਿਰ ਉਹ ਮਿਕਸ ਅਪ ਹੋ ਜਾਂਦਾ ਸਾਰਾ ਨਾ, ਇਹਨੇ ਕਿ ਬੰਦਾ ਫਿਰ ਬੋਰ ਨਹੀਂ ਹੁੰਦਾ, ਇੱਕੋ ਹੀ ਲੰਬਾ ਸੀਨ ਚੱਲੀ ਜਾਂਦਾ ਹੈ। ਆਪਣਾ ਦੂਸਰਾ ਉਹਨਾਂ ਜਿਹੜਾ ਦਿਖਾਇਆ ਡਰੱਗਸ ਦਾ, ਡਰੱਗਸ ਐਡਾ ਵੱਡਾ ਪੈਕਟ ਹੁੰਦਾ ਕਿ ਕੋਈ ਵੀ ਹੱਥ ਵਿੱਚ ਫੜ ਕੇ ਨਹੀਂ ਲੈ ਕੇ ਆਉਂਦਾ ਜੀ। ਹਾਂਜੀ, ਇੰਨਾ ਵੱਡਾ ਪੈਕਟ ਉਹਨੇ ਕਿ ਹੱਥ ਵਿੱਚ ਫੜ ਕੇ ਲੈ ਕੇ ਆ ਰਿਹਾ ਨੇ ਕਿ ਥੋੜਾ ਹੋ ਜਾਂਦਾ ਨਾ ਜ਼ਿਆਦਾ ਜੇਬ ਚੋਂ ਕੱਢ ਰਿਹਾ ਹੈ ਆਪਣੇ, ਥੋੜਾ ਹੱਥ ਉੱਤੇ ਪਾ ਕੇ ਐਵੇਂ ਨੱਕ ਨਾਲ ਲਾ ਰਿਹਾ ਹੈ। ਹਾਂਜੀ, ਨਹੀਂ ਉਹ ਤਾਂ ਹੈ, ਪਰ ਨਹੀਂ ਨਾ ਫਿਰ ਵੀ ਉਹਨੇ ਕਿ ਬਾਹਰੋਂ ਕੋਈ ਵੀ ਹੱਥ ਦੇ ਵਿੱਚ ਨਹੀਂ ਫੜ ਕੇ ਲਿਆਉਂਦਾ ਜੀ। ਇੱਕ ਦੋ ਚੀਜ਼ਾਂ ਨੇ ਜਿਹੜੀਆਂ ਕਿ ਆਪਣੇ ਦਿਖਾਉਂਦੇ ਨੇ ਜਦੋਂ ਬਾਬਾ ਆਪਣਾ ਉਹਨੂੰ ਕਹਿੰਦਾ ਯਾਨੀ ਕਿ ਜ਼ਹਿਰ ਪੀਣ ਵਾਸਤੇ, ਉਸ ਤੋਂ ਬਾਅਦ ਮੁੰਡੇ ਆਉਂਦੇ ਹੈ ਕਹਿੰਦੇ ਦੱਸਦੇ ਆਪਦੇ ਪਿਓ ਨੂੰ ਵੀ ਯਾਨੀ ਕਿ ਅਸੀਂ ਬਾਬੇ ਨੂੰ ਤਾਂ ਕੁੱਟਿਆ ਵੀ ਇਹਨੇ ਉਹਨੂੰ ਜ਼ਹਿਰ ਪੀਣ ਵਾਲੀ ਮਜਬੂਰ ਕੀਤਾ ਹੈ। ਉਹਦੇ ਵਿੱਚ ਜਦੋਂ ਉਹ ਬਾਬਿਆਂ ਕੋਲੇ ਬੈਠੇ ਨੇ ਜਦੋਂ ਬਾਬਾ ਦੱਸ ਰਿਹਾ ਵੀ ਯਾਨੀ ਕਿ ਜ਼ਹਿਰ ਤੂੰ ਜ਼ਹਿਰ ਪੀ ਲਾ ਨੇ ਕਿ ਤੇਰੇ ਘਰ ਨੂੰ ਫਾਇਦਾ ਜੂਗਾ, ਉਦੋਂ ਵਿੱਚ ਕੜਾ ਸੀਨ ਦਿਖਾ ਦਿੰਦੇ ਨੇ ਵੀ ਮੁੰਡੇ ਪਿੱਛੇ ਖੜੇ ਹੁੰਦੇ ਕਿ ਜਾਂ ਛੁਪ ਕੇ ਸੁਣ ਰਹੇ ਹੈ, ਥੋੜ੍ਹਾ ਨਾ ਮਿਕਸ ਹੋ ਜਾਂਦਾ ਫਿਰ ਨਾ ਨੈਕਸਟ ਸੀਨ ਵਾਸਤੇ ਨਾ ਪਤਾ ਲੱਗ ਜਾਂਦਾ ਵੀ ਉਹਨੇ ਕਿੰਨਾ। ਇੱਕ ਥੋੜ੍ਹਾ ਸਰਪ੍ਰਾਈਜ਼ ਉਹਨਾਂ ਨੇ ਰੱਖਣਾ ਚਾਹੀਦਾ ਸੀ ਜਦੋਂ, ਵੈਸੇ ਤਾਂ ਨਹੀਂ ਕਿ ਉਹਨਾਂ ਨੇ ਸਰਪ੍ਰਾਈਜ਼ ਤਾਂ ਰੱਖਿਆ ਹੀ ਹੈ ਵੀ ਜਿਹੜਾ ਪੁਲਿਸ ਸਟੇਸ਼ਨ ਜਦੋਂ ਪਹੁੰਚਦੇ ਹੈ ਤੇ ਉਹਨਾਂ ਨੂੰ ਕਹਿੰਦੇ ਨਾ ਵੀ ਉਹਨੇ ਕਿ ਵੀ ਤੂੰ ਇੱਥੇ ਕੀ ਕਰ ਰਿਹਾ ਨਹੀਂ ਕਿ ਤੂੰ ਇੱਥੇ ਵੀ, ਉਦੋਂ ਜੇ ਕਿਤੇ ਨਹੀਂ ਦੱਸ ਦੇ ਨਾ ਨਹੀਂ ਕੁਰਸੀ ਦੇ ਉੱਤੇ ਬੈਠਾ ਹੈ, ਇੱਕਦਮ ਉਹਨੇ ਕਿ ਜਦੋਂ ਨਾ ਦੱਸਦਾ ਹੈ ਤੇ ਕੁਰਸੀ ਟਰਨ ਹੁੰਦੀ ਹੈ ਤੇ ਉਦੋਂ ਕਹਿੰਦੇ ਨੇ ਤੂੰ ਇੱਥੇ ਵੀ, ਥੋੜ੍ਹਾ ਹੋਰ ਤਾਂ ਸਰਪ੍ਰਾਈਜ਼ ਹੋ ਜਾਣਾ ਸੀ ਇੱਕਦਮ ਉਹਨੂੰ ਵੇਖ ਕੇ ਵੀ ਉਹਦਾ ਕਿੱਦਾਂ ਹੋ ਗਿਆ ਹੈ। ਹਾਂਜੀ, ਨਹੀਂ ਉਹ ਤਾਂ ਹੈ, ਪਰ ਉਹਦੇ ਨਾਲ ਨਾ ਜੇ ਕਿਤੇ ਉਹਨੇ ਕਿ ਉਸ ਤਰ੍ਹਾਂ ਇੱਕਦਮ ਕੁਰਸੀ ਟਰਨ ਹੁੰਦੀ ਪਈ ਤੇ ਉਹ ਇੱਕਦਮ ਦਿਖਾ ਰਿਹਾ ਨੇ ਕਿ ਨਾ ਫੇਸ ਵੇਖ ਕੇ ਇੱਕਦਮ ਉਹਨੇ ਕਿ ਹੋ ਜਾਂਦਾ ਪਿੱਛੇ ਫਾਦਰ ਤੇ ਡਾਟਰ
ਥੋੜਾ ਜਿਹਾ ਨਾ ਸੀਨ ਥੋੜਾ ਹੋਰ ਹੋ ਜਾਣਾ ਸੀ। ਬਾਕੀ ਤੁਸੀਂ ਉਹਨੇ ਕੱਪੜੇ ਦੇ ਤਾਂ ਉਹਨੇ ਦੱਸ ਹੀ ਦਿੱਤਾ, ਉਹਨੇ ਕਿ ਐਕਸਪਲੇਨ ਕਰਕੇ ਦਿੱਤਾ ਵੀ ਉਹਦੇ ਕੱਪੜੇ ਚੇਂਜ ਹੁੰਦੇ ਆ, ਵੀ ਉਹ ਬਹੁਤ ਹੀ ਜ਼ਿਆਦਾ ਹੈਗੇ ਨੇ। ਜਿਹੜਾ ਆਪਣਾ ਲਾਸਟ ਸੀਨ ਹੈ ਨਾ, ਜਿਹੜਾ ਤੁਸੀਂ ਕਹਿੰਦੇ ਸੀ ਵੀ ਆਪਣਾ ਬਾਹਰ ਦਿਖਾਉਂਦੇ ਵੀ ਉਹ ਇੱਕਦਮ ਘਰੇ ਕਿਵੇਂ ਆ ਗਿਆ, ਉਹ ਸੀਨ ਉਹਨਾਂ ਨੇ ਚਾਹੀਦਾ ਸੀ ਨਾ। ਖੜੀ ਰੋਈ ਜਾਂਦੀ ਹੈ ਤੇ ਪਿਓ ਆਉਂਦਾ ਪਿੱਛੋਂ, ਉਹਨੂੰ ਉਹਨੇ ਕੀ ਆਉਂਦਾ ਉਹਨੇ ਕੀ ਕਹਿੰਦਾ ਵੀ ਨਾਨੇ ਕੀ ਮੇਰੇ ਤੋਂ ਵੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ। ਉਹਨੂੰ ਫਿਰ ਫੜ ਕੇ ਉੱਥੋਂ ਉਹਨਾਂ ਦੇ ਘਰੇ ਲੈ ਕੇ ਆਉਂਦਾ ਮੁੰਡੇ ਦੇ ਮਾਂ ਪਿਓ ਦੇ ਸਾਹਮਣੇ ਲਿਆ ਕੇ, ਉਹਨੇ ਕੀ ਸਾਰਾ ਉਹ ਜਿਹੜੇ ਦੂਸਰੇ ਡਾਇਲੋਗ ਸੀ ਨਾ ਮਾਂ ਪਿਓ ਦੇ ਸਾਹਮਣੇ ਕਹਿੰਦਾ ਨੇ। ਫਿਰ ਉਹ ਥੋੜ੍ਹਾ ਜਿਹਾ ਸੀਨ ਹੋ ਜਾਣਾ ਸੀਗਾ, ਥੋੜ੍ਹਾ ਹੋਰ ਵੀ ਵਧੀਆ ਹੋ ਜਾਣਾ ਸੀਗਾ ਵੀ ਉਹਦਾ ਪਿਓ ਆ ਕੇ ਘਰੇ ਮੁੰਡੇ ਦੇ ਘਰੇ ਆ ਕੇ ਮਾਫ਼ੀ ਮੰਗਦਾ ਹੈ। ਹਾਂਜੀ, ਉਹ ਦੂਸਰੇ ਜਿਹੜੇ ਸੀਨ ਨੇ ਉਹਨਾਂ ਨੂੰ ਥੋੜ੍ਹਾ ਸ਼ਾਰਟ ਕਰਕੇ ਇਹ ਸੀਨ ਤਾਂ ਕਿ ਪ੍ਰੋਪਰ ਹੋ ਜਾਂਦੇ ਨੇ। ਫਿਰ ਜਿਹੜੇ ਮਦਰ ਨੇ ਕਿ ਸਫਾਈ ਕਰਦੀ ਪਈ ਹੈ ਮੱਝਾਂ ਗਾਵਾਂ ਉੱਥੇ ਮੱਝਾਂ ਦੇ ਥੱਲੇ, ਉਹ ਵੀ ਸੀਨ ਬਹੁਤ ਲੰਬਾ ਹੈ। ਬਾਕੀ ਓਵਰਆਲ ਆਪਾਂ ਕਹਿ ਸਕਦੇ ਹਾਂ ਕਿ ਕਹਾਣੀ ਦਾ ਬਹੁਤ ਵਧੀਆ ਹੈ, ਹਰ ਇੱਕ ਬੰਦੇ ਨੇ ਆਪਦਾ ਆਪਦਾ ਜੋ ਉਹਨੇ ਕਿ ਪਾਤਰ ਨੇ ਕਿ ਆਪਦਾ ਨਿਭਾਇਆ ਹੈ ਬਹੁਤ ਵਧੀਆ ਨਿਭਾਇਆ ਹੈ। ਥੋੜੀ ਐਡੀਟਿੰਗ ਦੇ ਵਿੱਚ ਤੇ ਜਿਹੜੇ ਐਕਸਟਰਾ ਸੀਨਸ ਦੇ ਵਿੱਚ ਹੁੰਦੇ ਨੇ ਵੀ ਫਿਲਮ ਦਾ ਰੁਖ ਹੋਰ ਹੀ ਹੁੰਦੀ ਬਹੁਤ ਵਧੀਆ ਹੋ ਜਾਣਾ ਸੀਗਾ। ਜਿਹੜੇ ਆਪਣੇ ਜਾਂਦੇ ਨੇ ਕਿ ਆਪਣੇ ਮਿਨਿਸਟਰ ਦੇ ਘਰੇ ਪੋਲੀਟੀਸ਼ਨ ਦੇ ਘਰੇ ਸਰਪੰਚ ਬੈਠਾ ਹੈ, ਉਹ ਸੀਨ ਨੇ ਕਿ ਵੀ ਜਸਟ ਕੇਮ ਫਰੋਮ ਨੋਵੇਅਰ ਆਪਣੇ ਇੱਕਦਮ ਨਾ ਅਪੀਅਰ ਹੋਇਆ ਨੇ ਕਿ ਉਹ ਬੈਠੇ ਉੱਥੇ ਕਿ ਉਹ ਸਟਾਰਟਿੰਗ ਉਹਨਾਂ ਨੇ ਕਿਤੋਂ ਨਹੀਂ ਦਿਖਾਇਆ ਵੀ ਉਹਨੇ ਕਿ ਸਰਪੰਚ ਯਾਨੀ ਕਿ ਉਹਨੂੰ ਕਿਤੇ ਹੋਰ ਕਿਸੇ ਜਗ੍ਹਾ ਦੇ ਉੱਤੇ ਕਹਿੰਦਾ ਵੀ ਮੈਂ ਪੋਲੀਟੀਸ਼ਨ ਨੂੰ ਜਾ ਕੇ ਮਿਲ ਕੇ ਆਉਣਾ ਤੇਰੇ ਬਾਰੇ ਜਾਂ ਕਿਸ ਤਰ੍ਹਾਂ, ਉਹ ਇੱਕੋਦਮ ਪਹੁੰਚ ਗਿਆ ਵੀ ਦਿਖਾਰਿਆ ਨੇ ਕਿ ਅੱਛਾ ਵੀ ਤੂੰ ਕਿ ਜੇ ਵੋਟਾਂ ਲੈਣੀਆਂ ਤੇ ਬਾਅਦ ਯਾਨੀ ਕਿ ਸਾਡੇ ਕੋਲ ਨਾ ਆਏ। ਉਹਦੇ ਸੀਨ ਦੇ ਨੇ ਕਿ ਨਾ ਕੋਈ ਕਹਿੰਦੇ ਨੇ ਤੁੱਕ ਜਾ ਨਹੀਂ ਪਾਉਂਦਾ ਗਾ ਸ਼ੁਰੂ ਚ ਦਿਖਾਉਣੇ ਛੋਟੇ ਛੋਟੇ ਦੂਜੇ ਸੀਨਾਂ ਦੇ ਨਾਲ ਮਿਕਸ ਕਰਕੇ ਜਿਹੜਾ ਅਗਲਾ ਸੀਨ ਆਉਣਾ ਨਾ ਉਹਦੀ ਫਿਰ ਇੱਕ ਚੇਨ ਬਣ ਜਾਂਦੀ ਹੈ ਜਦੋਂ ਆਪਾਂ ਐਡੀਟਿੰਗ ਕਰਦੇ ਨੇ। ਹਾਂਜੀ ਹਾਂਜੀ ਪੰਜਾਬੀ ਕਹਿੰਦੇ ਕਹਾਣੀ ਦੀ ਇੱਕ ਸੁਰਤਾ ਤੇ ਇੱਕ ਸਾਰਤਾ ਜਿਹੜੀ ਹੈ ਨਾ
ਉਹਦੇ 'ਚ ਥੋੜ੍ਹਾ ਜਿਹਾ ਖੜੋਤੀ ਜਿਹੀ ਥੋੜ੍ਹਾ ਜਿਹਾ ਉਹਦੇ 'ਚ ਖੜੋਤੀ ਆ ਜਾਂਦੀ ਹੈ। ਕੁਛ ਥਾਵਾਂ 'ਤੇ ਜਿੱਦਾਂ ਉਹ ਲਗਾਤਾਰ ਚੱਲਣ ਦੀ ਇੱਕ ਬਹਾਵ ਚੱਲਣ ਦੀ ਬਜਾਏ ਉਹ ਥੋੜ੍ਹਾ ਡੱਕੋ ਡੋਲੇ ਜਿਹਾ ਖਾ ਜਾਂਦੀ ਆ। ਹਾਂਜੀ ਹਾਂਜੀ ਆਪਾਂ ਜਿਵੇਂ ਕਹਿੰਦੇ ਨਾ ਇੱਕ ਪਾਸੋਂ ਲੱਤ ਫੜ ਲਈ ਇੱਕ ਪਾਸੋਂ ਬਾਂਹ ਫੜ ਲਈ ਉਹ ਫਿਰ ਨਾ ਸਾਰੇ ਇੱਕ ਨਾ ਇੱਕ ਚੇਨ ਬਣ ਜਾਂਦੀ ਇੱਕ ਕੜੀ ਦੇ ਵਿੱਚ ਸਾਰੇ ਹੋ ਜਾਂਦੇ ਸਾਰੇ ਨਾ ਆਪਣੇ ਤਾਂ ਕਿ ਉਹ ਅਗਲੇ ਸੀਨ ਦਾ ਮਿਕਸਅਪ ਹੋ ਜਾਂਦਾ ਫਿਰ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਉੱਥੇ ਉਹ ਕਹਿ ਰਿਹਾ ਸੀਗਾ ਇਸ ਕਰਕੇ ਉਹ ਇਸ ਯਾਨੀ ਕਿ ਹੁਣ ਮਿਨਿਸਟਰ ਨੂੰ ਮਿਲਣ ਆਇਆ ਹੈ। ਨਿੱਕੀ ਕਹਾਣੀ ਦੇ ਵਿਚ ਉਹ ਨਾਵਲ ਦੀ ਤਰ੍ਹਾਂ ਜਿਹੜੇ ਸੀਨ ਅਲੱਗ ਅਲੱਗ ਜਿੱਦਾਂ ਕੇਮ ਫਰਮ ਨੋਵੇਲ ਜਿੱਦਾਂ ਤੁਸੀਂ ਕਹਿੰਦੇ ਓਦਾਂ ਜਿਹੜੇ ਕਰਦੇ ਬਹੁਤ ਜ਼ਿਆਦਾ ਨਹੀਂ ਜੀ ਉਹ ਵਿੱਚ ਕੜੀ ਟੁੱਟ ਜਾਂਦੀ ਹੈ ਨਾ ਆਪਣੇ ਮਹਿਤਾ ਸਾਹਿਬ ਨਾਲ ਹੁੰਦੇ ਤਾਂ ਨਹੀਂ ਕਿ ਵਧੀਆ ਸੀਗਾ ਗੱਲਬਾਤ ਦੇ ਵਿੱਚ ਦਿਖਾਇਆ ਨਾ ਬਹੁਤ ਸੈਂਸਿਟਿਵ ਹੈ ਵੀ ਆਪਣਾ ਵੀ ਹਰ ਇੱਕ ਕਿੰਨੇ ਫੀਲਿੰਗ ਹੈ ਅੰਦਰ ਨਾ He has a feeling for everyone. ਬਿਲਕੁਲ ਇਹਨਾਂ ਅਫਸਰ ਬਣ ਕੇ ਵੀ ਮਤਲਬ ਉਹਦੇ ਫੀਲਿੰਗ ਹੈਗੀ ਆ ਚਲੋ ਹਾਂਜੀ ਕੋਈ ਹੋ ਜਾਣਗੇ ਉਹਨੀ ਕਹਿੰਦੇ ਵੀ ਸਾਰੇ ਪੁਲਿਸ ਅਫਸਰ ਮਾਰੇ ਨਹੀਂ ਹੁੰਦੇ ਤੁਸੀਂ ਭੰਡ ਦੇ ਕਹਿ ਰਹੇ ਸੀ ਸਾਰੇ ਤੁਸੀਂ ਭੰਡ ਦੇ ਸਾਰੇ ਪੁਲਿਸ ਅਫਸਰ ਮਾਰੇ ਵੀ ਨਹੀਂ ਹੁੰਦੇ ਸਾਡੇ ਤਾਂ ਰਿਸ਼ਤੇ ਸਾਰੇ ਪੁਲਿਸ ਅਫਸਰ ਮੇਰੇ ਇੱਥੇ ਦੋਸਤ ਹੀ ਸਾਰੇ ਪੁਲਿਸ ਅਫਸਰ ਨੇ ਮੈਂ ਅਦਾਲਤਾਂ 'ਚ ਕੰਮ ਕਰਦਾ ਰੋਜ਼ ਅਦਾਲਤਾਂ 'ਚ ਰਹਿੰਦਾ ਰੋਜ਼ ਮੇਰਾ ਉਹਨਾਂ ਦਾ ਵਾਹ ਪੈਂਦਾ ਮੇਰੇ ਤਾਂ ਬਹਿਣੀ ਉੱਠਣੀ ਖਾਣੀ ਪੀਣੀ ਪੁੱਛ ਸਾਰੇ ਕਈ ਚੰਗੇ ਵੀ ਹੁੰਦੇ ਆ ਸੈਂਸਿਟਿਵ ਵੀ ਹੁੰਦੇ ਉਸ ਗੱਲ ਆਪਾਂ ਸਹਿਮਤ ਹੈ ਸਾਡਾ ਬਹੁਤ ਪੈਂਦਾ ਰਿਹਾ ਬਹੁਤ ਸਾਰੇ ਚੰਗੇ ਵੀ ਸਾਨੂੰ ਮਿਲਦੇ ਆ ਸਾਨੂੰ ਸਾਡੇ ਨਾਲ ਬੁਰਾ ਵਰਤਾਅ ਕਰਨ ਵਾਲੇ ਵੀ ਉਹੀ ਹੁੰਦੇ ਸੀਗੇ ਕੱਪੜੇ ਪਾਉਣ ਵਾਲੇ ਸਾਨੂੰ ਦੁੱਧ ਪੜਾਉਣ ਵਾਲੇ ਵੀ ਉਹੀ ਹੁੰਦੇ ਸੀ ਉਹ ਜੋਬ ਹੈ ਉਹਨਾਂ ਦੀ ਦੇਖੋ ਜੀ ਉਹ ਜੋਬ ਹੈ ਆਹ ਵੀ ਅੰਡਰਸਟੈਂਡ ਹੈ ਤੇ ਉਹ ਵੈਸੇ ਉਹਨੇ ਰੋਲ ਜਿਹੜਾ ਸੋਹਣਾ ਕੀਤਾ ਉਹਨੇ ਉਹਨੇ ਇੱਕ ਬੇਟੇ ਦਾ ਰੋਲ ਵੀ ਸੋਹਣਾ ਕੀਤਾ ਇਕਲੌਤਾ ਹੀ ਬੇਟਾ ਹੈ ਉਹਦਾ ਤਾਂ ਕੋਈ ਭੈਣ ਨਹੀਂ ਹੋਈ ਉਹ ਵੀ ਰੋਲ ਉਹਨੇ ਸੋਹਣਾ ਕੀਤਾ ਉਹਨੇ ਉਹਨੇ ਸਾਰੇ ਥਾਵਾਂ ਤੇ ਉਹਦਾ ਰੋਲ ਠੀਕ ਹੀ ਆ ਸੋਹਣਾ ਨਿਭਾਇਆ ਬਹੁਤ ਉਹਨੇ ਸੋਹਣਾ ਉਹ ਖਾਣ ਲਾਇਕ ਦੇ ਮੁੱਖ ਪਾਤਰ ਨੇ ਉਹ ਕਾਬਲ ਹੀ ਆ ਉਹਨੇ ਰੋਲ ਠੀਕ ਨਿਭਾਇਆ ਆਪਣਾ ਵਧੀਆ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹ ਕਹਿੰਦੇ ਵਾਲੀਅਮ ਦੀ ਰਿਪੀਟ ਆ ਰਹੀ ਹੈ
ਇੰਡੀਆ ਆਏ ਛੋਟੀ ਸ਼ੋਰਟ ਫਿਲਮ ਕਰਨ ਦਾ ਕੀ ਹੈਗਾ ਦਿਲ ਨਾ ਧੰਨਵਾਦ।